ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੋਰਟਸ ਵੀਕ ਔਰ ਮੈਂ ਤੁਹਾਡਾ ਮੇਜ਼ਬਾਨ ਮੂਸਾ ਵੜਾਇਚ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਪਾਕਿਸਤਾਨ ਔਰ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਖੇਡੀ ਜਾਣ ਵਾਲੀ 3 T20 ਮੈਚਾਂ ਦੀ ਸੀਰੀਜ਼, ਜਿਹਦੇ ਵਿੱਚ ਪਾਕਿਸਤਾਨ ਨੂੰ ਜਿਹੜਾ ਵਨ ਡੇ ਸੀਰੀਜ਼ ਤੋਂ ਬਾਅਦ ਇੱਕ ਦਫ਼ਾ ਫਿਰ ਜਿਹੜਾ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਇਸ ਸੀਰੀਜ਼ ਵਿੱਚ ਪਾਕਿਸਤਾਨ ਨੇ ਇਸ ਸੀਰੀਜ਼ ਦਾ ਪਹਿਲਾ ਮੈਚ ਜਿਹੜਾ ਸੀ ਉਹਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ, ਲੇਕਿਨ ਅਗਲੇ ਦੋਨੋਂ ਮੈਚਿਸ ਵਿੱਚ ਪਾਕਿਸਤਾਨ ਟੀਮ ਇੰਨਾ ਅੱਛਾ ਸ਼ੋਅ ਨਾ ਕਰ ਸਕੀ ਔਰ ਦੋਨੋਂ ਮੈਚਾਂ 'ਚ ਪਾਕਿਸਤਾਨ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਔਰ ਇੰਗਲੈਂਡ ਨੇ ਵਨ ਡੇ ਸੀਰੀਜ਼ ਜਿਹੜੀ ਕਿ 4-0 ਤੋਂ ਉਹਦੇ 'ਚ ਕਾਮਯਾਬੀ ਹਾਸਲ ਕੀਤੀ ਸੀ ਔਰ T20 ਸੀਰੀਜ਼ ਵੀ ਉਹਨਾਂ ਨੇ 2-1 ਤੋਂ ਜਿਹੜਾ ਉਹ ਪਾਕਿਸਤਾਨ ਕੋਲੋਂ ਜਿੱਤ ਲਈ ਔਰ ਇਸ ਓਵਰਆਲ ਟੂਰ 'ਚ ਪਾਕਿਸਤਾਨ ਸਿਰਫ ਜਿਹੜਾ ਉਹ ਟੈਸਟ ਸੀਰੀਜ਼ ਜਿਹੜਾ ਉਹਦੇ 'ਚ ਹੀ ਪਾਕਿਸਤਾਨ ਨੇ ਕਾਮਯਾਬੀ ਹਾਸਲ ਕੀਤੀ, 3-0 ਤੋਂ ਪਾਕਿਸਤਾਨ ਜਿੱਤਿਆ, ਲੇਕਿਨ ਉਹਦੇ ਬਾਅਦ ਵਨ ਡੇ ਔਰ T20 ਦੋਨੋਂ ਸੀਰੀਜ਼ ਪਾਕਿਸਤਾਨ ਜਿਹੜਾ ਲੋਸਟ ਕਰ ਗਿਆ ਔਰ ਇਸ ਸੀਰੀਜ਼ ਦੇ ਵੱਲ ਨਾਲ ਅਸੀਂ ਗੱਲ ਕਰਾਂਗੇ ਸਾਡੇ ਨਾਲ ਸਟੂਡੀਓ ਮੌਜੂਦ ਨੇ ਟੈਸਟ ਕ੍ਰਿਕਟਰ ਜਨਾਬ ਆਮਿਰ ਨਜ਼ੀਰ ਸਾਹਿਬ। ਥੈਂਕ ਯੂ ਵੈਰੀ ਮੱਚ, ਬਹੁਤ ਸ਼ੁਕਰੀਆ ਆਮਿਰ ਬਾਈ। ਮੁਜਾਹਿਦ ਜਮਸ਼ੇਦ ਸਾਹਿਬ ਤਸ਼ਰੀਫ ਰੱਖਦੇ ਨੇ, ਥੈਂਕ ਯੂ ਵੈਰੀ ਮੱਚ। ਅਮਰ ਵੀ ਤੁਹਾਡੇ ਤੋਂ ਸ਼ੁਰੂ ਕਰਾਂਗਾ, ਕਿਸ ਤਰ੍ਹਾਂ ਦੇਖ ਲਓ ਅਗਰ ਅਸੀਂ ਇਹਨਾਂ ਤਿੰਨਾਂ ਮੈਚਾਂ ਨੂੰ ਦੇਖੀਏ, ਪਹਿਲਾ ਮੈਚ ਜਿਹੜਾ ਪਾਕਿਸਤਾਨ ਨੇ ਜਿੱਤਿਆ ਸੀ ਔਰ ਜਿਸ ਤਰੀਕੇ ਨਾਲ ਜਿੱਤਿਆ ਸੀ, ਉਹ ਮਹਿਲ ਲਾਸਟ ਜਿਹੜੇ 2 ਓਵਰ ਸਨ ਉਮਰ ਗੁੱਲ ਔਰ ਸਈਦ ਅਜਮਲ ਦਾ, ਜਿਹੜਾ ਉਹ 2 ਓਵਰ ਸਨ ਉਹਦੇ 'ਚ ਹੀ ਜਿਹੜਾ ਉਹ ਐਂਡ 'ਤੇ ਜਾ ਕੇ ਫੈਸਲਾ ਹੋਇਆ ਔਰ ਪਾਕਿਸਤਾਨ ਪਹਿਲੇ ਮੈਚ 'ਚ ਕਾਮਯਾਬ ਰਿਹਾ। ਮੂਸਾ ਸਾਹਿਬ, ਪਹਿਲੇ ਤਾਂ ਬਿਸਮਿਲ੍ਲਾ ਰਹਿਮਾਨ ਰਹੀਮ, ਮੈਂ ਪਹਿਲੇ ਤਾਂ ਟੈਸਟ ਕ੍ਰਿਕਟ ਟੀਮ ਜਿਹੜੀ ਪਾਕਿਸਤਾਨ ਉਹਨੇ ਵਾਈਟ ਵਾਚ ਕੀਤਾ ਉਹਨੂੰ ਮੈਂ ਮੁਬਾਰਕਬਾਦ ਦੇਣਾ PCB ਨੂੰ ਵੀ। ਉਹ ਇਸ ਵਾਸਤੇ ਮੈਂ ਮੁਬਾਰਕਬਾਦ ਦੇ ਰਿਹਾ ਕਿਉਂਕਿ ਉਹ ਮੁਬਾਰਕਬਾਦ ਤੁਸੀਂ ਜਿਹੜਾ ਗੁਲਦਸਤਾ ਤੁਸੀਂ ਦਿੱਤਾ ਸੀ ਉਹ ਵਾਪਸ ਤੁਸੀਂ ਇਸ ਤਰ੍ਹਾਂ ਸੁੱਟਿਆ ਜਿਸ ਤਰ੍ਹਾਂ ਕੋਈ ਗਰੀਬ ਆਪਣੇ ਮਾਂ ਜਿਹੜੀ ਆਪਣੇ ਪੁੱਤਰ ਨੂੰ ਥੱਲੇ ਸੁੱਟਦੀ ਹੈ। ਤੁਸੀਂ ਇਹ ਦੇਖੋ ਕਿ ਇੱਕ ਤੁਹਾਡੀ ਗ੍ਰਿਪ ਬਣੀ ਹੈ, ਵਾਈਟ ਵਾਚ ਕੀਤਾ ਤੁਸੀਂ ਨੰਬਰ 1 ਟੀਮ ਨੂੰ, ਤੁਸੀਂ ਹੁਣ ਕਿਸ ਤਰ੍ਹਾਂ ਲੂਜ਼ ਕੀਤਾ? ਐਡੇ ਆਰਾਮ ਨਾਲ ਲੂਜ਼ ਕਰ ਗਏ ਹੋ ਯਾਰ ਕਿ ਤੁਹਾਨੂੰ ਉਹਨਾਂ ਨੇ 4 ਵਨਡੇ ਖੜਾ ਦਿੱਤੇ, ਤੁਹਾਨੂੰ ਉਹਨੇ 2 T20 ਖੜਾ ਦਿੱਤੇ, ਯਾਨੀ ਕਿ ਤੁਹਾਡੇ ਕੋਈ ਚਿਹਰੇ 'ਤੇ ਕੋਈ ਨਜ਼ਰ ਹੀ ਨਹੀਂ ਆ ਰਿਹਾ ਕਿ ਯਾਰ ਤੁਸੀਂ ਇੱਕ ਜਦੋਂ ਜਿੱਤਦੇ ਹੋ ਨਾ ਤੂੰ ਤੁਹਾਡਾ ਇੱਕ ਹੋਰ ਕੌਨਫੀਡੈਂਸ ਬੜਾ ਹੁੰਦਾ, ਤੁਹਾਡੇ ਸਪਿਨਰ ਤੁਹਾਡੀ ਐਡਾ ਵਾਲਾ ਅਟੈਕ ਯਾਰ, ਤੁਸੀਂ ਉਹਨਾਂ ਦੀ ਪੂਰੀ ਬੈਟਿੰਗ ਲਾਈਨ ਨੂੰ ਤਹਿਸ ਨਹਿਸ ਕਰਕੇ ਰੱਖਿਆ ਹੈ, ਤੁਸੀਂ ਉਹੀ ਤੁਸੀਂ ਬੈਟਸਮੈਨਾਂ ਨੂੰ ਇਨਫੋਰਮ ਤੁਸੀਂ ਲੈਣ ਦਾ, ਉਹੀ ਦੇਖੋ ਪੀਟਰਸਨ 3 ਮੈਚਾਂ 'ਚ ਟੈਸਟਾਂ 'ਚ ਉਹਦੇ ਮੈਂ 40-50 ਸਕੋਰ ਹੋਣਾ ਮੇਰਾ ਖਿਆਲ ਹੈ, ਉਹਨੇ ਦੇਖੋ 100 ਕੀਤਾ ਵਨ ਡੇ 'ਚ, ਫਿਰ ਉਹਨੇ 100 ਕੀਤਾ, ਫਿਰ 70-80 ਕੀਤਾ, ਹੁਣ ਤੁਸੀਂ T20 ਆ ਜਾਓ, ਕੁੱਕ ਵੀ ਦੇਖ ਲਓ, ਉਹ ਤੁਸੀਂ ਦੇਖੋ ਦਲੇਰਾਂ ਦਾ ਫੈਸਲਾ, ਕੁੱਕ ਨੂੰ ਉਹਨਾਂ ਨੇ ਇੱਕ ਐਡਾ ਅੱਛਾ ਕਪਤਾਨ ਵਨ ਡੇ 'ਚ ਉਹਨਾਂ ਨੇ ਲਿਆ, ਉਹਨੇ 200 ਕੀਤਾ 81 ਕੀਤਾ, ਉਹਨੂੰ ਦੇਖੋ ਉਹਨਾਂ ਨੇ ਟੀਮ ਤੋਂ ਬਾਹਰ ਕਰਤਾ। ਜੇ ਉਹ ਪਲੇਅਰ ਪਾਕਿਸਤਾਨ ਹੀ ਹੁੰਦਾ, ਮੈਂ ਨਹੀਂ ਸਮਝਦਾ ਕਿ ਪਾਕਿਸਤਾਨੀ ਪਲੇਅਰ ਨੂੰ ਬਾਹਰ ਕੱਢ ਕੇ ਅਤੇ T20 ਨਵੀਂ ਸਾਈਡ ਵੱਜਦੇ ਇੱਥੇ ਤਾਂ ਜ਼ਲਜ਼ਲਾ ਆ ਜਾਣਾ ਸੀ, ਕਹਿੰਦੇ ਸਿਲੈਕਸ਼ਨ ਕਮੇਟੀ ਹਟਾਓ, ਬੋਰਡ ਨੂੰ ਹਟਾਓ, ਇਹਨੂੰ ਕਰੋ ਅਸਤੀਫੇ ਦਿਓ, ਨਹੀਂ ਦੇਖੋ ਇਹ ਮੈਂ ਗੱਲ ਦਾ ਥੋੜ੍ਹਾ ਮਤਲਬ ਹੈਗਾ ਕਿ ਥੋੜ੍ਹਾ ਮੈਨੇਜਮੈਂਟ ਨੂੰ ਵੀ ਡਿਸੀਜਨ ਲੈਣੇ ਪੈਣਗੇ। ਹੁਣ T20 ਮੈਚ ਹੀ ਤੁਸੀਂ ਦੇਖ ਲਓ, ਹੁਣ ਰਾਤੀ ਮੈਂ ਯਕੀਨ ਕਰੋ ਮੈਚ ਦੇਖਿਆ ਕਿ ਮੈਂ ਸਰਦਰਦ ਹੋਣ ਲੱਗ ਗਈ ਕਿ 130 ਸਕੋਰ ਸਾਡੀ ਟੀਮ ਕੋਲ ਨਹੀਂ ਹੋ ਰਿਹਾ। ਮੈਂ ਥਰੂ ਆਊਟ ਪ੍ਰੋਗਰਾਮ ਵਿੱਚ ਕਈ ਚੈਨਲ 'ਤੇ ਗਿਆ, ਮੈਂ ਕਹਿੰਦਾ ਸਾਡੀ ਬੈਟਿੰਗ ਲਾਈਨ ਟੋਟਲੀ ਫਲਾਪ, ਟੈਸਟ ਸੀਰੀਜ਼ ਤੋਂ ਲੈ ਕੇ ਵਨ ਡੇ ਤੋਂ ਲੈ ਕੇ T20 ਤੱਕ ਪੂਰੀ ਸੀਰੀਜ਼ ਵਿੱਚ ਤੁਹਾਨੂੰ ਬੈਕ ਮੈਚਸ ਜਿਹੜੇ ਪਾਕਿਸਤਾਨ ਨੇ ਜਿੱਤੇ ਨੇ ਉਹ ਬੋਲਿੰਗ ਤੇ ਹੀ ਜਿੱਤੇ ਨੇ। ਉਹ ਤੁਸੀਂ ਰਿਜ਼ਲਟ ਆਪਣਾ ਅਨਾਲਿਸਿਸ ਕਰ ਸਕਦੇ ਹੋ ਕਿ ਬੋਲਰ ਨੇ ਕਮਾਲ ਬੋਲਿੰਗ ਕੀਤੀ ਹੈ, ਬਿਲਕੁਲ ਐਕਸਲੈਂਟ, ਔਰ ਪੂਰੀ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਵਾਂ, ਉਹਨਾਂ ਨੇ ਟੈਸਟ ਵਿੱਚ ਵੀ ਜਿੱਤਾ ਹੈ, ਵਨ ਡੇ 'ਚ ਵੀ ਉਹਨਾਂ ਨੇ ਲੋ ਸਕੋਰਿੰਗ ਮੈਚ ਰੱਖਿਆ, T20 130-140 ਰਨ ਰਹੇ ਨੇ, ਉਹਦਾ ਕ੍ਰੈਡਿਟ ਸਾਰਾ ਬੋਲਿੰਗ ਸਟਾਫ ਨੂੰ ਜਾਂਦਾ। ਔਰ ਤੁਸੀਂ ਦੇਖੋ ਬੈਟਿੰਗ ਸਾਡੀ ਟੋਟਲੀ ਫਲਾਪ ਯਾਰ, ਕੋਈ ਜ਼ਿੰਮੇਦਾਰੀ ਨਾਲ ਖੜਾ ਹੁੰਦੀ ਹਿੰਮਤ ਨਹੀਂ ਕਰ ਰਿਹਾ। ਪਹਿਲੇ ਹੁੰਦਾ ਸੀ ਵਾਰੀ ਲੈਂਦੇ ਸਨ ਕਿ ਥੋੜ੍ਹਾ ਬੋਲ ਨੂੰ ਪੁਰਾਣਾ ਕਰਦੇ ਸਨ, ਹੁਣ ਤੁਸੀਂ ਉਮਰ ਅਕਮਲ ਦੇਖ ਲਓ, ਮੈਨੂੰ ਤਾਂ ਲੱਗਦਾ ਉਹ ਬਾਹਰੋਂ ਉਹਦੇ ਪੈਰਾਂ ਥੱਲੇ ਅੱਗ ਲਾ ਕੇ ਆਉਂਦਾ, ਉਹ ਯਾਰ ਬੰਦੇ ਤੂੰ ਵਿਕਟ ਤੇ ਖਲੋ ਤੇ ਸਹੀ, ਆ ਕੇ ਚੌਕੇ ਨਹੀਂ ਵੱਜਦੇ, ਤੁਸੀਂ ਵਿਕਟ ਤੇ ਸਟੇ ਕਰੋ ਫਿਰ ਤੁਸੀਂ ਜਾ ਕੇ ਸ਼ਾਟਾਂ ਮਾਰੋ, ਇਧਰੋਂ ਬੋਲਰ ਆ ਰਿਹਾ ਤੂੰ ਇੱਧਰ ਜਾਣੇ, ਕਿਹੜੀ ਕ੍ਰਿਕਟ ਮੈਂ ਸਾਨੂੰ ਦੱਸ ਲਿਓ, ਤੁਸੀਂ ਨਵੇਂ ਯੰਗਸਟਰਾਂ ਨੂੰ ਕਿਹੜੀ ਕ੍ਰਿਕਟ ਹਾਰ ਰਹੇ ਹੋ ਮੈਨੂੰ ਦੱਸੋ, T20 ਦਾ ਮਤਲਬ ਨਹੀਂ ਹੈ ਛਿੱਕੇ ਚੌਕੇ। ਪੀਟਰਸਨ ਪਹਿਲੇ ਓਵਰ ਚ ਆਇਆ, ਓਪਨਿੰਗ ਤੇ ਆਇਆ, 20ਵੇਂ ਓਵਰ ਹੀ ਗਿਆ, ਬਿਲਕੁਲ ਉਹ ਰਿਜ਼ਲਟ ਕੀ ਹੈ, ਉਹ ਮੈਚ ਜਿੱਤੇ ਨੇ, ਲਾਸਟ ਬੋਲ ਤੇ ਉਹਨੇ ਛਿੱਕਾ ਮਾਰਿਆ, ਬਿਲਕੁਲ ਤੇ ਉਹੀ ਛਿੱਕਾ ਸਾਨੂੰ ਪਾਕਿਸਤਾਨ ਲੈ ਕੇ ਬਹਿ ਗਿਆ, ਕਮ ਅਜ਼ ਕਮ ਸਿੱਖਣਾ ਚਾਹੀਦਾ ਹੈ ਔਰ ਸਾਡੀ ਬੈਟਿੰਗ ਲਾਈਨ ਨੂੰ ਬਹੁਤ ਹੀ ਮਿਹਨਤ ਕਰਨੀ ਪਏਗੀ ਤੇ ਫਿਰ ਹੀ ਅਸੀਂ ਅੱਗੇ ਰਿਜ਼ਲਟ ਦੇ ਸਕਦੇ ਹਾਂ। ਅਗਰ ਅਦਰਵਾਈਜ਼ ਅਗਰ ਵਰਲਡ ਕੱਪ ਆ ਰਿਹਾ, ਮੈਂ ਨਹੀਂ ਸਮਝਦਾ ਤੁਸੀਂ ਐਸੇ ਫਾਰਮੈਟ ਨਾਲ ਜਾਓਗੇ ਤੁਸੀਂ ਕੁਆਲੀਫਾਈ ਕਰ ਸਕੋ। ਮੁਜਾਹਿਦ ਭਾਈ, ਕੀ ਕਹੋਗੇ ਬੈਟਿੰਗ ਦੇ ਵੱਲ ਨਾਲ, ਜਿਸ ਤਰ੍ਹਾਂ ਅਮਰ ਨੇ ਗੱਲ ਕੀਤੀ ਕਿ ਬੋਲਿੰਗ ਤੇ ਇਹ ਸਾਰੇ ਮੈਚਿਸ ਜਿਹੜੇ ਨੇ ਉਹਦੇ ਕਾਮਯਾਬੀ ਹਾਸਲ ਕੀਤੀ ਹੈ, ਟੈਸਟ ਅਗਰ ਅਸੀਂ ਦੇਖਦੇ ਹਾਂ
ਤੇ ਦੋ ਸਪਿਨਰਸ ਹੀ ਸਨ, ਸਈਦ ਅਜਮਲ ਔਰ ਰਹਿਮਾਨ, ਜਿਹੜੀ ਔਰ ਹਫੀਜ਼ ਨੂੰ ਸ਼ਾਮਿਲ ਕਰ ਲਓ ਤੀਸਰਾ ਸਪਿਨਰਸ ਦੇ ਹੀ ਅਸੀਂ ਬਲਬੋਤੇ ਤੇ ਅਸੀਂ ਜਿੱਤਦੇ ਰਹੇ ਹਾਂ ਇੰਗਲੈਂਡ ਕੋਲੋਂ ਜਿਹੜੇ ਟੈਸਟ ਮੈਚਿਸ ਜਿੱਤੇ ਨੇ। ਬੈਟਿੰਗ ਸਾਡੀ ਟੈਸਟ ਮੈਚਿਸ ਵਿੱਚ ਵੀ ਐਡੀ ਜਿਹੜਾ ਉਹ ਨਹੀਂ ਸੀ ਕਲਿੱਕ ਕੀਤੀ, ਵਨ ਡੇ ਸੀਰੀਜ਼ ਵੀ ਸਾਰੀ ਇਸ ਰਹੀ ਗਈ, ਔਰ ਟੀ ਟਵੰਟੀ 'ਚ ਜਿਹੜਾ ਲਾਸਟ ਮੈਚ ਜਿਹੜਾ ਖਾਸ ਤੌਰ 'ਤੇ ਦੇਖਦੇ ਹਾਂ 130 ਚੇਸ ਕਰਨਾ ਸੀ, ਉਹ ਵੀ ਸਾਡੇ ਕੋਲ ਨਹੀਂ ਹੋਇਆ। ਬਿਸਮਿਲ੍ਲਾ ਰਹਿਮਾਨ ਰਹੀਮ, ਮੁਸਾ ਹੁਣੇ ਤੁਸੀਂ ਇੱਕ ਅਮਨ ਨੇ ਗੱਲ ਕੀਤੀ ਬੜੀ ਅੱਛੀ ਕਿ ਹਰ ਮੈਚ ਆਪਣੀ ਗਲਤੀਆਂ ਤੋਂ ਸਿੱਖੇ ਅੱਗੇ ਜਾਣਾ ਚਾਹੀਦਾ, ਔਰ ਅਨਫੋਰਚੁਨੇਟਲੀ ਪਿਛਲੇ ਕਾਫੀ 6-7 ਮੈਚ ਹੋ ਗਏ ਨੇ ਜੋ ਪਾਕਿਸਤਾਨ 4 ਵਨ ਡੇ ਔਰ 3 20-20 ਆਪਣੀ ਗਲਤੀਆਂ ਤੋਂ ਸਿੱਖ ਨਹੀਂ ਰਹੇ। ਅਗਰ ਤੁਸੀਂ ਕੱਲ੍ਹ ਪੀਟਰਸਨ ਦੀ ਪੂਰੀ ਇਨਿੰਗ ਦੇਖੋ, ਉਹਨੇ 62 ਨਾਟ ਆਊਟ ਕੀਤਾ ਹੈ, ਇਹਦਾ ਮਤਲਬ ਹੈ ਕਿ ਜੋ ਇੱਕ ਵਰਲਡ ਕਲਾਸ ਪਲੇਅਰ ਪੀਟਰਸਨ, ਇੱਕ ਵਰਲਡ ਕਲਾਸ ਪਲੇਅਰ ਹੈ, ਇਹਦੇ ਨਾਲ ਹਰ ਦੂਸਰਾ ਐਕਸਪਰਟ ਐਗਰੀ ਕਰਦਾ। ਅਗਰ ਉਹਨੇ ਐਡੀ ਮੁਸ਼ਕਿਲ ਦੇ ਨਾਲ ਇਸ ਵਿਕਟ ਦੇ ਉੱਤੇ 62 ਕੀਤਾ, ਦੈਟ ਮੀਨਸ ਕਿ ਉਹਨਾਂ ਵਾਸਤੇ ਬਾਲ ਟੂ ਬਾਲ ਰਨ ਦੀ ਜ਼ਿਆਦਾ ਵੈਲਿਊ ਸੀ। ਉਹਨਾਂ ਨੂੰ ਪਤਾ ਸੀ ਕਿ ਅਗਰ ਅਸੀਂ 130-135 ਜਾਂ ਈਵਨ ਬਹੁਤ ਅੱਛਾ ਕਰੀਏ 140 ਕਰਕੇ ਅਸੀਂ ਉਹਨਾਂ ਨੂੰ ਇਸ ਬੋਲਿੰਗ ਦੇ ਨਾਲ ਡਿਫੈਂਡ ਕਰ ਸਕਦੇ ਹਾਂ, ਔਰ ਉਹਨਾਂ ਨੇ ਪ੍ਰੂਫ ਕੀਤਾ। ਅਗਰ ਤੁਸੀਂ ਦੂਸਰਾ ਮੈਚ ਦੇਖੋ ਜਿਹੜਾ ਪਾਕਿਸਤਾਨ ਨੇ ਆਪਣੀ ਬੋਲਿੰਗ ਦੇ ਸਿਰ 'ਤੇ ਜਿੱਤਿਆ, ਜਿਹਦੇ 'ਚ ਉਮਰ ਗੁੱਲ ਨੇ 2 ਆਊਟ ਕੀਤੇ ਪਟੇਲ ਨੂੰ ਅਤੇ ਵਪਾਰਾਂ ਨੂੰ, ਔਰ ਸਡਨਲੀ ਮੈਚ ਪਾਕਿਸਤਾਨ ਦੀ ਫੇਵਰ 'ਚ ਚਲਾ ਗਿਆ। ਔਰ ਕੱਲ੍ਹ ਵਾਲੀ ਸਿਚੁਏਸ਼ਨ ਦੇਖੋ, ਪਰਸੋਂ ਪਿਛਲਾ ਮੈਚ ਪਾਕਿਸਤਾਨ ਨੇ ਮਾਰਿਆ ਇੰਗਲੈਂਡ ਨੂੰ, ਉਸੇ ਤਰ੍ਹਾਂ ਦੀ ਸਿਚੁਏਸ਼ਨ ਸੀ। ਔਰ ਕੱਲ੍ਹ ਵਾਲਾ ਅਗਰ ਤੁਸੀਂ ਟੀ ਟਵੰਟੀ ਦੇਖੋ, ਉਸ ਤਰ੍ਹਾਂ ਦੇ ਰਨਸ ਚਾਹੀਦੇ ਸੀ, 19 ਵਿਕਟਾਂ ਗਿਰੀਆਂ ਸਨ, ਪਾਕਿਸਤਾਨ ਓਨਾ ਹੀ ਆਪਣਾ ਸਕੋਰ ਚਾਹੀਦਾ ਸੀ, 3 ਆਊਟ ਸਨ, ਔਰ 22 ਗੇਂਦਾਂ ਦੇ ਉੱਤੇ 29 ਸਕੋਰ ਨਹੀਂ ਕਰ ਸਕੇ, ਕਿਉਂਕਿ ਐਸੀ ਸਿਚੁਏਸ਼ਨ ਜਿੱਥੇ ਬਾਲ ਟੂ ਬਾਲ ਹੋਵੇ ਔਰ ਬੈਡ ਵਿਕਟ ਹੋਵੇ, ਮੇਰਾ ਖਿਆਲ ਹੈ ਕਿ 2 ਓਵਰ ਪਹਿਲੇ ਹੀ ਮੈਚ ਖਤਮ ਕਰਨ ਦਾ ਸੋਚਣਾ ਚਾਹੀਦਾ ਹੈ। ਔਰ ਦੂਸਰੀ ਗੱਲ ਹੈ ਕਿ ਮੈਂ ਕੱਲ੍ਹ ਬੜੇ ਅਫਸੋਸ ਦੇ ਨਾਲ ਗੱਲ ਕਰਨਾ ਚਾਹਾਂਗਾ ਕਿ ਮਾਸ਼ਾਅੱਲਾ ਮਿਸਵਾ ਬਹੁਤ ਹੀ ਐਕਸਪੀਰੀਅੰਸ ਪਲੇਅਰ ਹੈ, ਲੇਕਿਨ ਅਨਫੋਰਚੁਨੇਟਲੀ ਉਹਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਕੁਛ ਪਿੱਚਾਂ ਬਾਲ ਟੂ ਬਾਲ ਮੈਚ ਵਾਲੀਆਂ ਨਹੀਂ ਹੁੰਦੀਆਂ। ਇਸ ਪਿੱਚ ਦੇ ਉੱਤੇ ਤੁਹਾਡੀ ਪਲਾਨ ਹੋਣਾ ਚਾਹੀਦਾ ਸੀ, ਵਿਕਟ ਜਿਹੜਾ ਸੀ ਉਹ ਡਿਫੀਕਲਟ ਜ਼ਰੂਰ ਸੀ, ਲੇਕਿਨ ਅਗਰ ਇੰਨੇ ਐਕਸਪੀਰੀਅੰਸ ਪਲੇਅਰ ਜਿਹੜੇ ਨੇ, ਟੀਮ ਦਾ ਕਪਤਾਨ ਵੀ ਹੋਵੇ, ਔਰ ਇਹਨਾਂ ਲੋਕਾਂ ਨੂੰ ਕਮ ਅਜ਼ ਕਮ ਜਿਹੜਾ ਮੈਚ ਪਲਾਨ ਜਿਹੜਾ ਹੁੰਦਾ ਮੈਚ ਤੋਂ ਪਹਿਲੇ ਹੁੰਦਾ, ਮੈਚ ਤੋਂ ਬਾਅਦ ਨਹੀਂ। ਐਗਜੈਕਟਲੀ, ਔਰ ਮੇਰਾ ਖਿਆਲ ਹੈ ਕਿ ਔਰ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਨੂੰ ਜਵਾਬ ਦੇ ਹੈ ਕਿ ਆਇਆ ਕਿ ਤੂੰ ਡਿਸੀਜਨ ਲਿਆ, ਇਸ ਡਿਸੀਜਨ ਦਾ ਅਗਰ ਪੋਜ਼ਿਟਿਵ ਨਹੀਂ ਨਿਕਲਿਆ ਤਾਂ ਫਿਰ ਨੈਗੇਟਿਵ ਵਾਸਤੇ ਤਿਆਰ ਹੋਵੋ ਨਾ। ਤੁਸੀਂ ਉਮਰ ਅਕਮਲ ਨੂੰ ਸਰਾਸਰ ਗਲਤ ਇਸਤੇਮਾਲ ਕਰ ਰਹੇ ਜੇ, ਜਿੱਤੋਂ ਵੀ ਉਹਨੂੰ ਤੁਸੀਂ ਬੈਟਿੰਗ ਵਾਸਤੇ ਭੇਜਦੇ ਜਾਂ ਤਾਂ ਉਹਨੂੰ ਬਹੁਤ ਜਲਦੀ ਹੁੰਦੀ ਹੈ, ਜਾਂ ਤੁਸੀਂ ਉਹਦੀ ਜਿਹੜੀ ਫੋਰਮ ਹੁੰਦੀ ਉਹਨੂੰ ਦਬਾ ਕੇ ਰੱਖਦੇ ਕਿ ਹਜੇ ਨਹੀਂ ਹਿੱਟ ਮਾਰਨੀ, ਜਿਹਦੀ ਵਜ੍ਹਾ ਨਾਲ ਇਨ ਬਿਟਵੀਨ ਜਿਹੜੀ ਆਪਣਾ ਪਲੈਨਿੰਗ ਹੁੰਦੀ ਉਹਦੇ 'ਚੋਂ ਰਗੜਿਆ ਜਾਂਦਾ। ਮੈਂ ਸਮਝਦਾ ਵਾਂ ਕਿ ਉਮਰ ਅਕਮਲ ਨੂੰ ਡੈਫੀਨੇਟਲੀ ਉਪਲੇ ਨੰਬਰਾਂ 'ਤੇ ਲੈ ਕੇ ਆਉਣਾ ਚਾਹੀਦਾ ਤਾਂ ਕਿ ਉਹਨੂੰ ਯੂਜ਼ ਕੀਤਾ ਜਾ ਸਕੇ, ਔਰ ਇੱਕ ਸਪੈਸ਼ਲਿਸਟ ਵਿਕਟ ਕੀਪਰ ਜ਼ਰੂਰ ਹੋਣਾ ਚਾਹੀਦਾ। ਤੁਸੀਂ ਕੱਲ੍ਹ ਵੀ ਦੇਖੋ ਮੋਰਗਨ ਦਾ ਉਹਨੇ ਇੱਕ ਸਟੰਪ ਛੱਡਿਆ ਸੀ, ਔਰ ਇੱਕ ਸਟੰਪ ਛੱਡਣ ਦੇ ਨਾਲ ਜਾਂ ਮੀਨਸ ਕਿ ਲੱਕੀਲੀ ਅਸੀਂ ਉਹਨੂੰ ਉਹਦੀ ਵਿਕਟ ਜਲਦੀ ਲੈ ਲਈ ਸੀ, ਲੇਕਿਨ ਉਹ ਸਾਡੇ ਅਗੇਂਸਟ ਵੀ ਜਾ ਸਕਦੀ ਸੀ। ਅਗਰ ਉਹ 50 ਸਕੋਰ ਕਰਦਾ, ਉਮਰ ਅਕਮਲ 50 ਸਕੋਰ ਕਰਕੇ ਅਸੀਂ ਮੈਚ ਆ ਜਾਂਦੇ, ਇਹਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਓਵਰਆਲ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੇ ਡਿਸੀਜਨ ਬਹੁਤ ਹੀ ਪੂਰ ਨੇ, ਔਰ ਮੇਰਾ ਖਿਆਲ ਹੈ ਕਿ ਹੁਣ ਗੁੱਡ ਬਾਏ ਟਾਈਮ ਆ ਗਿਆ ਮਿਸਬਾ ਦਾ, ਉਹਨੂੰ ਟੀ ਟਵੰਟੀ ਔਰ 50-50 ਓਵਰ ਦੇ ਬਾਰੇ ਸੀਰੀਅਸਲੀ ਕੰਸੀਡਰ ਕਰਨਾ ਪਏਗਾ ਕਿ ਮੈਨੂੰ ਗੁੱਡ ਬਾਏ ਕਹਿਣਾ ਪਏਗਾ, ਕਿਉਂਕਿ ਕ੍ਰਿਕਟ ਬਹੁਤ ਫਾਸਟ ਹੋ ਗਈ ਹੈ। ਔਰ ਅਗਰ ਤੁਸੀਂ ਉਹਦੀ ਬਾਡੀ ਲੈਂਗੁਏਜ ਦੇਖੋ, ਅਗਰ ਰਿਕੀ ਪੌਂਟਿੰਗ ਜੈਸੇ ਪਲੇਅਰ ਜਿਹੜੇ ਨੇ, ਮਾਈਕਲ ਕਲਾਰਕ ਜੈਸੇ ਦੇਖੋ, ਆਪਣੇ ਟੀ ਟਵੰਟੀ ਉਹਨਾਂ ਦੀ ਜਿਹੜੀ ਫਿਟਨੈਸ ਹੈ ਉਹਨੂੰ ਫੁਲਫਿਲ ਨਹੀਂ ਕਰ ਸਕਦੇ। ਅਗਰ ਤੁਸੀਂ ਫੁਲਫਿਲ ਨਹੀਂ ਕਰ ਸਕਦੇ, ਤੁਹਾਡੀ ਐਗਰੈਸ਼ਨ ਹੀ ਨਹੀਂ, 20-20 ਕ੍ਰਿਕਟ ਇਸ ਆਲ ਅਬਾਊਟ ਐਗਰੈਸ਼ਨ, ਕਿ ਤੁਹਾਡੀ ਜਿਹੜੀ ਬਾਡੀ ਦੀ ਮੂਵਮੈਂਟ ਹੈ ਉਹਦੀ ਆਪਣਾ ਮੂਵਮੈਂਟ ਇੰਨੀ ਕੁ ਕੁਇਕ ਹੋਣੀ ਚਾਹੀਦੀ ਹੈ, ਤੁਹਾਡੀ ਚੇਂਜਿਸ ਇੰਨੀ ਕੁਇਕ ਹੋਣੀ ਚਾਹੀਦੀ, ਤੁਸੀਂ ਟੈਸਟ ਨੂੰ 20-20 ਨੂੰ 50 ਓਵਰ ਨੂੰ ਇੱਕ ਹੀ ਫਾਰਮੈਟ ਦੀ ਤਰ੍ਹਾਂ ਹੈਂਡਲ ਕਰ ਰਹੇ ਹੁੰਦੇ। ਮੈਂ ਸਮਝਦਾ ਕਿ ਇਟਸ ਵੈਰੀ ਵੈਰੀ ਪੂਅਰ ਵੈਰੀ ਪੂਅਰ ਡਿਸੀਜਨ ਬਾਏ PCB ਕਿ ਹਜੇ ਤੱਕ ਮਿਸਬਾ ਨੂੰ T20 ਦੇ ਵਿੱਚ ਕੈਪਟਨ ਰੱਖਿਆ। ਅਗਰ ਅਸੀਂ ਇੰਗਲੈਂਡ ਟੀਮ ਨੂੰ ਦੇਖੀਏ ਅਮਰ ਬਾਈ, ਪਿਛਲੇ 2 ਸਾਲ ਤੋਂ ਅਗਰ ਅਸੀਂ ਉਹਨਾਂ ਨੂੰ ਦੇਖੀਏ, ਇੱਕ ਚੀਜ਼ ਉਹਨਾਂ ਨੇ ਜਿਹੜੀ ਡਿਸਾਈਡ ਕੀਤੀ ਹੈ ਕਿ ਟੈਸਟ ਟੀਮ ਜਿਹੜੀ ਉਹ ਤਕਰੀਬਨ ਡਿਫਰੈਂਟ ਹੁੰਦੀ ਹੈ, ਪਲੇਅਰਸ ਕਾਫੀ ਚੇਂਜ ਹੁੰਦੇ ਨੇ ਉਹਦੇ 'ਚ, ਕੈਪਟਨ ਚੇਂਜ ਹੈ ਉਹਦੇ 'ਚ, ਵਨ ਡੇ ਟੀਮ ਦਾ ਕਪਤਾਨ ਅਲੱਗ ਹੈ, ਪਲੇਅਰਸ ਕੁਛ ਜਿਹੜਾ ਡਿਫਰੈਂਟ ਹੁੰਦੇ ਨੇ ਚੇਂਜ ਕੀਤੇ ਜਾਂਦੇ ਨੇ, ਟੀ ਟਵੰਟੀ ਦਾ ਕਪਤਾਨ ਅਲੱਗ ਹੈ,
ਜਿਸ ਤਰ੍ਹਾਂ ਤੁਸੀਂ ਖੁਦ ਗੱਲ ਕੀਤੀ ਕਿ ਕੁੱਕ ਜਿਹੜਾ ਇੰਨੇ ਅੱਛੇ ਸਕੋਰ ਕੀਤੇ ਉਹਨੇ ਵਨ ਡੇ ਸੀਰੀਜ਼ ਵਿੱਚ, ਲੇਕਿਨ ਟੀ ਟਵੈਂਟੀ ਉਹਨੂੰ ਨਹੀਂ ਉਹਨਾਂ ਨੇ ਖਿਲਾਇਆ ਮੈਨੇਜਮੈਂਟ ਨੇ, ਔਰ ਕੁੱਕ ਨੇ ਹੀ ਕਿਹਾ ਸੀ ਕਿ ਮੈਨੇਜਮੈਂਟ ਡਿਸਾਈਡ ਕਰੇਗੀ, ਅਗਰ ਮੈਨੇਜਮੈਂਟ ਨੇ ਕਿਹਾ ਤਾਂ ਫਿਰ ਉਹ ਖੇਲਣਗੇ, ਅਦਰਵਾਈਜ਼ ਉਹ ਵਾਪਸ ਚਲੇ ਜਾਣਗੇ, ਔਰ ਉਹ ਨਹੀਂ ਖਿਲਾਇਆ ਉਹਨਾਂ ਨੂੰ। ਇਸ ਲਈ ਇਹ ਸਮਝ ਦਿਓ ਕਿ ਹੁਣ ਜ਼ਰੂਰਤ ਹੈ ਇਸ ਚੀਜ਼ ਦੀ ਪਾਕਿਸਤਾਨ ਕ੍ਰਿਕਟ ਵਿੱਚ ਵੀ, ਕਿ ਫਾਰਮੇਟ ਜਿਹੜੇ ਨੇ ਤਿੰਨੋਂ ਫਾਰਮੇਟ ਦੀ ਕ੍ਰਿਕਟ ਜਿਹੜੀ ਉਹਦੇ ਵਾਸਤੇ ਤਿੰਨੋਂ ਡਿਫਰੈਂਟ ਜਿਹੜੇ ਕੈਪਟਨ ਹੋਣ, ਔਰ ਟੀਮਸ ਵਿੱਚ ਵੀ ਕੁਛ ਜਿਹੜਾ ਪਲੇਅਰਸ ਨੂੰ ਤਬਦੀਲ ਕੀਤਾ ਜਾਏ। ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਐਗਰੀ ਕਰਨਾ ਵਾ। ਦੇਖੋ ਹੁਣ ਦੌਰ ਜਿਹੜਾ ਆ ਗਿਆ ਕੰਪਿਊਟਰਾਈਜ਼ ਆ ਗਿਆ, ਹੁਣ ਇਹ ਨਹੀਂ ਗਾ ਕਿ ਇੱਕ ਸਾਈਕਲ ਤੇ ਇੱਕ ਤੁਸੀਂ ਮਰਸਡੀ ਨਾਲ ਮੁਕਾਬਲਾ ਕਰ ਸਕੋਗੇ, ਉਹ ਨਹੀਂ ਹੋ ਸਕਦਾ। ਉਹ ਹੁਣ ਤੁਹਾਨੂੰ ਟੈਸਟ ਕ੍ਰਿਕਟ ਵਾਸਤੇ ਮੈਂ ਬੈਕ ਕਰਾਂਗਾ ਮਿਸਬਾਹ ਉਲ ਹੱਕ ਨੂੰ ਹੀ, ਕਿਉਂਕਿ ਟੈਸਟ ਕ੍ਰਿਕਟ ਵਾਸਤੇ ਉਹ ਵੈਰੀ ਸੂਟੇਬਲ ਕੈਪਟਨ ਹੈ, ਔਰ ਉਹ ਰਨਸ ਵੀ ਕਰਨਾ ਜਾਣਦਾ, ਉੱਥੇ ਸਟੇ ਕਰਨਾ ਵੀ ਵਿਕਟ ਤੇ ਜਾਣਦਾ। ਉਹਨੂੰ ਟੈਸਟ ਟੀਮ ਦਾ ਕਪਤਾਨ ਵੱਖਰਾ ਰੱਖਣਾ ਚਾਹੀਦਾ ਪੀਸੀਬੀ ਨੂੰ। ਬਿਲਕੁਲ ਰਿਹਾ ਟੀ ਟਵੈਂਟੀ ਔਰ ਵਨ ਡੇ ਵਾਸਤੇ ਵੀ, ਜਿਸ ਤਰ੍ਹਾਂ ਇੰਗਲੈਂਡ ਨੇ ਇੱਕ ਆਪਣੀ, ਦੇਖੋ ਮੈਂ ਮੁੱਥੇ ਤਾਂ 2 ਸਾਲ ਤੁਸੀਂ ਤੁਹਾਡੇ ਪ੍ਰੋਗਰਾਮ ਮੈਂ ਇੱਕੋ ਹੀ ਕਹਿੰਦਾ ਆ ਰਿਹਾ ਕਿ ਸਾਡਾ ਬੋਰਡ ਇਹਨਾਂ ਥੋੜੀਆਂ ਕੋਈ ਖਾਮੀਆਂ ਨੇ, ਕੋਈ ਕਮੀਆਂ ਨੇ, ਡਿਸੀਜਨ ਨਹੀਂ ਲੈ ਸਕਦੇ। ਇੱਕ ਬੰਦਾ ਡਿਸਿਪਲਿਨ ਤੋੜਦਾ ਔਰ ਤੇ ਸਾਲ ਦੀ ਪਾਬੰਦੀ ਲੱਗਦੀ ਹੈ, 30 ਲੱਖ ਰੁਪਿਆ ਜੁਰਮਾਨਾ ਹੋ ਜਾਂਦਾ, ਉਹ 2-3 ਮੀਟਿੰਗਾਂ ਕਰਦਾ ਅੰਡਰ ਐਂਡ, ਉਹਨੂੰ ਜੁਰਮਾਨਾ ਵੀ ਮਾਫ਼, ਉਹਦੀ ਸਜ਼ਾ ਵੀ ਮਾਫ਼। ਕੀ ਹੈ ਤੁਹਾਡੇ ਬੋਰਡ ਇੱਕ ਕਮਜ਼ੋਰੀ ਹੈ, ਤੁਸੀਂ ਡਿਸੀਜਨ ਲਵੋ। ਤੁਹਾਨੂੰ ਵਨ ਡੇ ਦਾ ਹੁਣ ਕਪਤਾਨ ਨਵਾਂ ਬਣਾਉਣਾ ਪਏਗਾ, ਤੁਹਾਨੂੰ ਟੀ ਟਵੈਂਟੀ ਦਾ ਵੀ ਨਵਾਂ ਕਪਤਾਨ ਬਣਾਉਣਾ ਪਏਗਾ। ਹਰ ਫਾਰਮੈਟ ਅਲੈਦਾ, ਟੈਸਟ ਲੈਦਾ, ਵਨ ਡੇ ਦੀ 50 ਹੈ ਤੇ 20-20 ਹੈ, ਤੁਹਾਨੂੰ ਡਿਸੀਜਨ ਲੈਣਾ ਪੈਣਾ। ਜੇ ਤੁਸੀਂ ਹੁਣ ਡਿਸੀਜਨ ਨਹੀਂ ਲਓਗੇ, ਮੈਂ ਨਹੀਂ ਸਮਝਦਾ ਕਿ ਜਿਸ ਤਰ੍ਹਾਂ ਤੁਸੀਂ ਟੀ ਟਵੈਂਟੀ ਤੇ 50-50 ਗੇਮ ਚੜ੍ਹੀ ਤੁਹਾਡੇ ਬੈਟਸਮੈਨ ਦੀ, ਕਿਉਂਕਿ ਬੈਟਸਮੈਨ ਨੇ ਮੈਂ ਕਹਿੰਦਾ ਨਹਾਇਤ ਹੀ ਗੰਦੀ ਪਰਫਾਰਮੈਂਸ ਦਿੱਤੀ ਹੈ। ਮੈਂ ਨਹੀਂ ਸਮਝਦਾ ਕਿ ਤੁਸੀਂ ਦੇਖੋ ਨਾ ਅੱਜ ਕੱਲ੍ਹ ਦੇ ਯੰਗਸਟਰ ਦੇਖ ਲਓ, ਇਹ ਜਨਾਬ ਤੁਹਾਡੇ ਅਜ਼ਹਰ, ਤੁਹਾਡਾ ਅਸਰ ਸ਼ਫੀਕ ਇਜ਼ ਵੈਰੀ ਗੁੱਡ, ਅਜ਼ਹਰ ਵੈਰੀ ਗੁੱਡ, ਰਹਿ ਗਿਆ ਉਮਰ ਅਕਮਲ। ਉਮਰ ਅਕਮਲ ਮੈਂ ਕਹਿੰਦਾ ਨਹਾਇਤ ਹੀ ਬੇਵਕੂਫ ਕ੍ਰਿਕਟਰ ਇਹ ਸਦੀ ਦਾ ਹੋਏਗਾ, ਮੈਂ ਕਹਾਂਗਾ ਮਾਜ਼ਰਤ ਦੇਣਾ। ਕਿਉਂ ਕਿਉਂ ਦੇਖੋ ਮੈਂ ਉਹਦੀ ਮੁਹਾਲਫਤ ਨਹੀਂ ਕਰ ਰਿਹਾ, ਮੈਂ ਇੱਕ ਆਪਣਾ ਮੇਰਾ ਇੱਕ ਵਿਊ ਹੈ। ਬ੍ਰੇਕ ਲਵਾਂਗੇ ਇੱਥੇ ਨਾਜ਼ਰੀਨ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਅਸੀਂ ਗੁਫ਼ਤਗੂ ਨੂੰ ਇੱਥੋਂ ਹੀ ਜਾਰੀ ਰੱਖਾਂਗੇ, ਸਟੇ ਵਿਦ ਅਸ। ਵੈਲਕਮ ਬੈਕ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੋਰਟਸ ਵੀਕ। ਗੱਲ ਅਸੀਂ ਕਰ ਰਹੇ ਹਾਂ ਪਾਕਿਸਤਾਨ ਔਰ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਖੇਲੀ ਜਾਣ ਵਾਲੀ ਟੀ ਟਵੈਂਟੀ ਸੀਰੀਜ਼, ਜਿਹਦੇ ਵਿੱਚ ਪਾਕਿਸਤਾਨ ਟੀਮ ਨੂੰ ਇੱਕ ਵਾਰ ਫਿਰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਅਮਰ ਬਈ, ਉਮਰ ਅਕਮਲ ਦੀ ਗੱਲ ਤੁਸੀਂ ਕਰ ਰਹੇ ਸੋ, ਉਮਰ ਅਕਮਲ ਨੂੰ ਮੇਰਾ ਖਿਆਲ ਥੋੜੀ ਜਿਹੀ ਉਹਨੂੰ ਜਿਹੜਾ ਉਹ ਟ੍ਰੇਨਿੰਗ ਦੀ ਜ਼ਰੂਰਤ ਹੈ, ਬ੍ਰੇਨ ਵਾਸ਼ਿੰਗ ਦੀ ਜ਼ਰੂਰਤ ਹੈ ਥੋੜੀ ਜਿਹੀ, ਕਿ ਉਹ ਵਿਕਟ ਤੇ ਜਦੋਂ ਆਉਂਦਾ ਵਿਕਟ ਤੇ ਸਟੇ ਕਰੇ ਥੋੜਾ ਜਿਹਾ। ਜਿਸ ਤਰ੍ਹਾਂ ਲਾਸਟ ਮੈਚ ਅਸੀਂ ਦੇਖੀਏ ਟੀ ਟਵੈਂਟੀ, ਉਹਦੇ ਵਿੱਚ ਵੀ ਜਦੋਂ ਮੈਚ ਬਿਲਕੁਲ ਐਂਡ ਤੇ ਸੀ, ਔਰ ਤਿੰਨ ਜਿਹੜੇ ਬਾਲ ਉਮਰ ਅਕਮਲ ਨੇ ਬੀਟ ਕੀਤੇ ਔਰ ਚੌਥੀ ਗੇਂਦ ਤੇ ਆਊਟ ਹੋ ਗਿਆ। ਅਗਰ ਬੀਟ ਹੋਏ ਤੇ ਅਗਲੀ ਤਿੰਨ ਗੇਂਦ ਤੇ ਫਿਰ ਸਕੋਰ ਅਗਰ ਉਹ ਕਰਦਾ ਤੇ ਫਿਰ ਸ਼ਾਇਦ ਉਹ ਫੀਲ ਨਾ ਹੁੰਦੇ ਤਿੰਨ ਬਾਲ ਜਿਹੜੇ ਬੀਟ ਹੋਏ। ਸਿੰਪਲ ਜੀ ਗੱਲ ਹੈ ਮੁਸਾ ਵੀ, ਜਿਹੜਾ ਤੁਸੀਂ ਵੀ ਜਾਣਦੇ ਹੋ, ਠੀਕ ਹੈ ਨਾ, ਉਹ ਕ੍ਰਿਕਟਰ ਨਹੀਂ ਹੈ, ਜਾਣੇਗਾ ਤਾਂ ਉਹ ਕ੍ਰਿਕਟਰ ਨਹੀਂ ਹੈ। ਦੇਖੋ ਉਮਰ ਅਕਮਲ ਨੂੰ ਦੇਖੋ, ਇੱਕ ਸਭ ਤੋਂ ਪਹਿਲੇ ਤਾਂ ਉਹਨੂੰ ਇੱਕ ਬੜਾ ਹੀ ਟੈਲੈਂਟਡ ਕ੍ਰਿਕਟਰ ਹੈਗਾ, ਬਹੁਤ ਟੈਲੈਂਟ ਹੈ ਉਸ ਬੰਦੇ ਦੇ ਵਿੱਚ, ਮਗਰ ਕੀ ਉਹ ਯੂਜ਼ ਨਹੀਂ ਕਰ ਰਿਹਾ, ਦਿਮਾਗ ਨਹੀਂ ਯੂਜ਼ ਕਰ ਰਿਹਾ। ਉਹ ਬਾਈ ਤੈਨੂੰ ਕਿੰਨੇ ਕਿਹਾ ਕੀਪਿੰਗ ਕਰ, ਤੂੰ ਪਿਓਰ ਬੈਟਸਮੈਨ ਹੈ, ਯਾਰ ਇਹਦਾ ਮਤਲਬ ਤੇਰੀ ਜਗ੍ਹਾ ਨਹੀਂ ਬਣਦੀ ਟੀਮ ਵਿੱਚ, ਤੂੰ ਤਦੀ ਕੀਪਿੰਗ ਕਰ ਰਿਹਾ। ਮੈਂ ਫਿਰ ਇਹੀ ਸਮਝਦਾ ਵਾਂ ਬਾਈ, ਤੂੰ ਪਿਓਰ ਬੈਟਸਮੈਨ ਹੈ, ਤੂੰ ਫਾਈਟਰ ਹੈ ਪਾਕਿਸਤਾਨ ਦਾ, ਇਸ ਟਾਈਮ ਤੂੰ ਅਨਮੋਲ ਇੱਕ ਹੀਰਾ ਹੈ ਬੈਟਸਮੈਨਾਂ ਦੇ ਵਿੱਚ, ਔਰ ਤੇਰੇ ਕਰੇਜ ਵੀ ਹੈ, ਤੂੰ ਲੈ ਕੇ ਟੀਮ ਨੂੰ ਜਾ ਸਨ, ਤੂੰ ਕਿਸੇ ਓਪੋਜੀਸ਼ਨ ਬੋਲਿੰਗ ਨੂੰ ਤੂੰ ਤਬਾਹ ਕਰ ਸਕਦਾ। ਮਗਰ ਮੈਂ ਨਹੀਂ ਸਮਝਦਾ ਕਿ ਉਹ ਲੱਗਦਾ ਤਿੰਨਾਂ ਭਰਾਵਾਂ ਨੇ ਕਿਹਾ ਵੀ ਤਿੰਨੇ ਕੀਪਰ ਹੀ ਰਵਾਂਗੇ ਅਸੀਂ, ਇਹ ਗਲਤ ਹੈ। ਉਹਨੂੰ ਆਪਣੀ ਕੀਪਿੰਗ ਨੂੰ ਛੋੜ ਦੇਣਾ ਚਾਹੀਦਾ, ਉਹਨੂੰ ਪ੍ਰੋਪਰ ਆਪਣੀ ਬੈਟਿੰਗ ਦੇ ਉੱਤੇ ਕੰਸੈਂਟਰੇਟ ਕਰਨਾ ਚਾਹੀਦਾ ਜੇ ਉਹਨੇ ਅੱਗੇ ਲੰਮੀ ਕ੍ਰਿਕਟ ਖੇਲਣੀ ਹੈ। ਕੀਪਿੰਗ ਜਿਹੜਾ ਆਸਾਨ ਸ਼ੋਭਾ ਨਹੀਂ ਹੈ, 365 ਦਫ਼ਾ ਉਹਦੀ ਉੱਟੋ ਬੈਟਕ ਹੁੰਦੀ ਹੈ, ਤੈਨੀ ਭਲਵਾਨ ਨਹੀਂ ਕਰਦਾ ਜਿੰਨੀ ਇਹ ਕਰਦੇ ਪਏ, ਸਮਝੋ ਕਿ ਨਹੀਂ ਸਰ। ਤੁਹਾਨੂੰ ਆਪਣੇ ਬੈਟਿੰਗ ਲਾਈਨ ਨੂੰ ਇੰਨੀ ਮਿਹਨਤ ਕਰਨੀ ਪੈਣੀ ਹੈ ਯੰਗਸਟਰ ਨੂੰ। ਮੈਂ ਸਮਝਦਾ ਹੁਣ ਯੰਗਸਟਰ ਜਿਹੜੇ ਨਾ ਇੱਕ ਦੋ ਮੈਚ ਖੇਲਦੇ ਨੇ, ਕਾਲਰ ਖੜੇ ਹੋ ਗਏ, ਬਾਜੀ ਫਿਨਿਸ਼। ਲੇਕਿਨ ਮੈਂ ਸ਼ਾਇਦ ਇਸ ਚੀਜ਼ ਦੀ ਮੁਖਾਲਫਤ ਕਰਾਂਗਾ ਤੁਹਾਡੀ। ਏ ਬੀ ਡਿਵੀਲੀਅਰ ਨੂੰ ਅਗਰ ਅਸੀਂ ਦੇਖੀਏ ਸਾਊਥ ਅਫਰੀਕਾ ਦਾ, ਵਨ ਡੇ 'ਚ ਵੀ ਉਹ ਕੀਪਿੰਗ ਕਰਦੇ ਨੇ, 50 ਓਵਰ ਗੇਮ ਵਿੱਚ ਵੀ ਉਹ ਕੀਪਿੰਗ ਕਰਦੇ ਨੇ, ਲੇਕਿਨ ਉਹਦੇ ਸਕੋਰ ਦੇਖ ਲਓ, ਉਹਦੀ ਐਵਰੇਜ ਦੇਖ ਲਓ, ਔਰ ਉਹਦੀ ਪਰਫਾਰਮੈਂਸ ਦੇਖ ਲਓ ਬੈਟਿੰਗ ਵਿੱਚ। ਤੁਸੀਂ ਹੁਣ ਉਹਦੀ ਗੱਲ ਕੀਤੀ ਨਾ, ਉਹ ਟਰੂ ਪ੍ਰੋਫੈਸ਼ਨਲ ਕ੍ਰਿਕਟਰ, ਆਸਟ੍ਰੇਲੀਅਨ, ਸਾਊਥ ਅਫਰੀਕਨ, ਇੰਗਲੈਂਡ, ਟਰੂ ਪ੍ਰੋਫੈਸ਼ਨਲ। ਸਾਡਾ ਕੋਈ ਪ੍ਰੋਫੈਸ਼ਨਲ ਨਹੀਂ ਹੈ, ਪ੍ਰੋਫੈਸ਼ਨਲਿਜ਼ਮ ਦੀ ਕਮੀ ਨਹੀਂ ਹੈ ਇੱਥੇ। ਮਰਸਡੀਜ਼, ਲੈਪਟਾਪ, ਯੇ ਵੋ, ਬਸ ਦੇ ਦਿਓ ਬਾਜੀ, ਖੇਲ ਲਿਆ ਜੀ, ਮੈਂ ਖੇਡ ਰਿਹਾ ਜੀ ਭਾਈ। ਨਹੀਂ ਯਾਰ, ਪਹਿਲੇ ਮੂਸਾ ਬਾਈ, ਮੈਂ ਵੀ ਜਦੋਂ ਵਗਪੜੇ ਵਗੇ ਖੇਡਣਾ ਸਾਂ, ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਮਿਹਨਤ ਕਰਨੀ ਪੈਂਦੀ ਸੀ, ਔਰ ਅਸੀਂ ਕਹਿੰਦੇ ਤਾਂ ਯਾਰ ਅਸੀਂ ਗ੍ਰੀਨ ਸ਼ਰਟ ਨੂੰ ਅਸੀਂ ਪਹਿਨਣਾ, ਪਹਿਲੇ ਭੁੱਖ ਹੁੰਦੀ ਸੀ, ਹੁਣ ਭੁੱਖ ਨਹੀਂ ਹੈ।
ਉਹਨੇ ਕਿਹਾ ਬਾਜੀ ਕਦੋਂ ਫਸਟ ਕਲਾਸ ਦਾ ਇੱਕ ਮੈਚ ਸਪਾਰਸ਼ ਨਾਲ ਖੇਲਿਆ ਸੌ ਕੀਤਾ, ਸਿਲੈਕਟਰ ਸਾਡੇ ਗਰਾਊਂਡ ਨਾਲ ਜਾਂਦੇ ਨਹੀਂ, ਜੋ ਸਾਡੀ ਡੋਮੈਸਟਿਕ ਦਾ ਮੈਨੂੰ ਦੱਸੋ ਕਿਹੜਾ ਬੈਟਸਮੈਨ ਤੁਸੀਂ ਅੱਗੇ ਲਿਆਂਦਾ। ਦੇਖੋ ਯੂਨਸ ਖਾਨ ਨੂੰ ਤੁਸੀਂ ਟੀ ਦੋਵਾਂ ਕ੍ਰਿਕਟ ਤੋਂ ਬਾਹਰ ਹੋ ਗਿਆ, ਮਿਸਬਾਨ ਵੀ ਤੁਸੀਂ ਐਮ ਕਰੀਬ ਮੇਰੇ ਨਾਲ ਕੱਢ ਹੀ ਦਿਓਗੇ ਟੀ ਟਵੈਂਟੀ ਵਨਡੇ ਤੋਂ, ਹੁਣ ਤੁਹਾਡੇ ਕੋਲ ਬੈਕਅਪ ਕਿਹੜਾ ਹੈਗਾ ਪਿੱਛੇ? ਸ਼ਾਇਦ ਫਰੀਦੀ ਵੀ ਇੱਕ ਸਾਲ ਦੋ ਸਾਲ ਹੋਰ ਖੇਲ ਲੱਗਾ ਇਹਦੇ 'ਚ, ਤੁਹਾਡੇ ਕੋਲ ਬੈਕਅਪ ਕਿਹੜਾ ਹੈਗਾ ਮੈਂ ਦੱਸੋ? ਕੋਈ ਵੀ ਨਹੀਂ ਹੈ। ਅਵੈਸ ਜਿਹਾ ਆਇਆ ਉਹ ਵੀ ਆ ਕੇ ਮੈਨੂੰ ਲੱਗਦਾ ਕਿ ਉਹਨੂੰ ਕਿਸੇ ਨੇ ਦੱਸਦਾ ਵੀ ਤੂੰ ਛਿੱਕੇ ਚੌਕੇ ਹੀ ਮਾਰਨੇ ਨੇ, ਇਸ ਕ੍ਰਿਕਟ ਇਸ ਸਿੰਗਲ ਨਹੀਂ ਹੈਗੀ, ਇਸ ਕ੍ਰਿਕਟ ਦੁਕਾ ਨਹੀਂ ਗਾ। ਯਾਰ ਇਹ ਕ੍ਰਿਕਟ ਨਹੀਂ ਹੈ, ਬ੍ਰੇਨ ਵਾਸ਼ ਤੁਹਾਨੂੰ ਸਾਰਿਆਂ ਦਾ ਕਰਨਾ ਪੈਣਾ। ਪਲੀਜ਼ ਵਿਕਟ ਤੇ ਖੜਾ ਹੋਣਾ ਸਿੱਖੋ, ਜਿੰਨਾ ਵਿਕਟ ਤੇ ਖਲੋਵੋਗੇ ਇਹ ਮਸਾ ਤੁਸੀਂ ਪੀਟਰਸਨ ਸਾਹਿਬ ਕੋਈ ਲੈ ਲੈਂਦੇ ਮੋਸਨ ਬਾਈ। ਨੋ ਡਾਊਟ ਉਹਨੇ ਰਿਜ਼ਲਟ ਅੱਛਾ ਰਿਹਾ, ਉਹਨੇ ਟੈਸਟ ਲੈਵਲ ਦਾ ਬੈਟਸਮੈਨ ਸੀ, ਉਹਨੇ ਆਪਣੀ ਉਹ ਜ਼ਿੰਮੇਵਾਰੀ ਪੂਰੀ ਕਰ ਦਿੱਤੀ ਹੈ। ਹੁਣ ਮੋਸਨ ਬਾਈ ਦਾ ਕੰਮ ਨਹੀਂ ਗਾ ਟੀ ਟਵੈਂਟੀ ਉਹਨੇ ਦੱਸਣ ਦਾ ਕੀ ਹੈ ਕਰਨਾ ਉਹ ਕਰਨਾ, ਉਹਦੇ ਵਾਸਤੇ ਤੁਹਾਨੂੰ ਇੱਕ ਬੜੀ ਮਿਹਨਤ ਵਾਲਾ ਕੋਚ ਲੈਣਾ ਪਏਗਾ ਜਿਹਨਾਂ ਨੇ ਨਸਾਵੇ ਜਿਹਨਾਂ ਨੇ ਸਮਝਾਵੇ। ਵਟਮੋਰ ਤੇ ਕਰ ਲੇਗਾ ਮਗਰ ਮਸਲਾ ਆ ਜਾਂਦਾ, ਫਿਰ ਅਸੀਂ ਛੇ ਮਹੀਨੇ ਸਹੀ ਕਰ ਲਾਂਗੇ, ਸੱਤਵੇਂ ਮਹੀਨੇ ਉਹ ਵੀ ਸਾਡਾ ਦੋਸਤ ਹੀ ਬਣਿਆ ਹੋਏਗਾ ਜੋ ਇੱਥੇ ਹਿਸਟਰੀ ਚੱਲਦੀ ਆ ਰਹੀ। ਮੁਹੰਮਦ ਹਫੀਜ਼ ਦੇ ਬਾਰੇ ਨਾਲ ਕੀ ਕਹੋਗੇ? ਬੜਾ ਅੱਛੀ ਫਾਰਮ ਵਿੱਚ ਇਸ ਸੀਰੀਜ਼ ਤੋਂ ਪਹਿਲੇ ਜਦੋਂ ਗਏ ਸਨ, ਔਰ ਮਹਿਲ ਜਿਹੜੀ ਟੈਸਟ ਸੀਰੀਜ਼ ਜਿਹੜੀ ਉਹਦੇ 'ਚ ਉਹਨਾਂ ਨੇ ਜਿਹੜਾ ਕੁਛ ਇੱਕ ਦੋ ਇਨਿੰਗਸ ਅੱਛੀਆਂ ਖੇਲੀਆਂ, ਲੇਕਿਨ ਉਸ ਤੋਂ ਬਾਅਦ ਸਮਝ ਫਾਰਮ ਜਿਹੜੀ ਉਹ ਆਊਟ ਆਫ ਫਾਰਮ ਹੋ ਗਈ ਅਚਾਨਕ। ਕੀ ਹੋਇਆ? ਪੂਰੇ ਵਨ ਡੇ ਸੀਰੀਜ਼ ਟੀ ਟਵੈਂਟੀ ਸੀਰੀਜ਼ ਨਹੀਂ ਸ਼ੋਅ ਕਰ ਸਕੇ? ਬੇਸਿਕਲੀ ਮੂਸਾ ਕਈ ਦਫ਼ਾ ਇਸ ਤਰ੍ਹਾਂ ਹੁੰਦਾ ਕਿ ਜਦੋਂ ਤੁਸੀਂ ਬਹੁਤ ਅੱਛਾ ਪਰਫੋਰਮ ਕਰ ਰਹੇ ਹੁੰਦੇ ਨਾ, ਕੋਈ ਨਾ ਕੋਈ ਇੱਕ ਐਸੀ ਸਪੈਸ਼ਲ ਆਪਸ਼ਨ ਤੁਹਾਡੇ ਕੋਲ ਆ ਜਾਂਦੀ ਹੈ ਜਾਂ ਜਿਹਦੀ ਤੁਸੀਂ ਉਮੀਦ ਲਾ ਬੈਠਦੇ, ਜਿਹਦੀ ਵਜ੍ਹਾ ਨਾਲ ਤੁਹਾਡੀ ਸਮ ਟਾਈਮ ਕੋਨਸਨਟ੍ਰੇਸ਼ਨ ਡਾਈਵਰਟ ਹੋ ਜਾਂਦੀ ਹੈ। ਉਸ ਕੋਨਸਨਟ੍ਰੇਸ਼ਨ ਡਾਈਵਰਟ ਹੋਣ ਦੀ ਵਜ੍ਹਾ ਨਾਲ ਫਿਰ ਤੁਹਾਡੀ ਜਿਹੜੀ ਫਾਰਮ ਹੈ ਨਾ ਉਹਦੇ 'ਚ ਕਿਤੇ ਨਾ ਕਿਤੇ ਪ੍ਰੋਬਲਮਸ ਆਉਣੀ ਸ਼ੁਰੂ ਹੋ ਜਾਂਦੀ। ਔਰ ਇਹੀ ਮੇਰੇ ਮੈਂ ਸਮਝਣਾ ਜੋ ਮੇਰਾ ਐਕਸਪੀਰੀਅੰਸ ਹੈ ਕ੍ਰਿਕਟ ਦਾ, ਮੈਂ ਸਮਝਣਾ ਵਾਂ ਕਿ ਉਹ ਹੁਣ ਆਪਣੇ ਆਪ ਨੂੰ ਕੈਪਟਨਸੀ ਦਾ ਇੱਕ ਸੀਰੀਅਸ ਉਮੀਦਵਾਰ ਸਮਝਣਾ ਸ਼ੁਰੂ ਹੋ ਗਿਆ, ਜਿਹਦੀ ਵਜ੍ਹਾ ਨਾਲ ਉਹਨੇ ਹੁਣ ਜਿਹੜੀ ਉਹਦੀ ਆਪਣੀ ਕ੍ਰਿਕਟ ਤੋਂ ਹਟ ਕੇ ਕੰਸਨਟ੍ਰੇਸ਼ਨ ਦੂਸਰੀ ਤਰਫ ਚਲੀ ਗਈ। ਔਰ ਦੂਸਰੀ ਗੱਲ ਲੈਣ ਹੋਈ ਤੁਸੀਂ ਡਿਵੀਲੀਅਰਸ ਦੀ ਗੱਲ ਕੀਤੀ, ਬੇਸਿਕਲੀ ਅਗਰ ਤੁਸੀਂ ਥਰੂ ਆਊਟ ਡਿਵੀਲੀਅਰਸ ਨੂੰ ਦੇਖੋ, ਜਿੰਨੀ ਦੇਰ ਤੱਕ ਉਹ ਕੀਪਿੰਗ ਕਰਦਾ ਰਹਿੰਦਾ ਉਹ ਇੰਜੋਏ ਕਰਦਾ ਰਹਿੰਦਾ। ਬੇਸਿਕਲੀ ਉਮਰ ਅਕਮਲ ਨੂੰ ਜਦੋਂ ਵੀ ਤੁਸੀਂ ਕੀਪਿੰਗ ਕਰੋਗੇ ਨਾ ਬੋਝ ਸਮਝ ਕੇ ਕਰ ਰਿਹਾ ਹੁੰਦਾ, ਔਰ ਬੇਸਿਕਲੀ ਤੁਸੀਂ ਓਨੀ ਦੇਰ ਤੱਕ 100% ਨਹੀਂ ਦੇ ਸਕਦੇ ਜਿੰਨੀ ਦੇਰ ਤੱਕ ਤੁਸੀਂ ਕਿਸੇ ਚੀਜ਼ ਨੂੰ ਇੰਜੋਏ ਨਹੀਂ ਕਰਦੇ, ਸਭ ਤੋਂ ਮੇਨ ਚੀਜ਼। ਔਰ ਰਹੀ ਗੱਲ ਅਮਨ ਨੇ ਗੱਲ ਕੀਤੀ ਕਿ ਜੀ ਉਮਰ ਅਕਮਲ, ਬੇਸਿਕਲੀ ਇਹ ਕੰਮ ਹੈ ਕੋਚਾਂ ਦਾ, ਇਹ ਕੰਮ ਹੈ ਮੈਨੇਜਮੈਂਟ ਦਾ, ਕਿ ਅਗਰ ਇੱਕ ਬੰਦੇ ਦੇ ਅੰਦਰ ਸਪਾਰਕ ਹੈ, ਬਹੁਤ ਪੋਟੈਂਸ਼ੀਅਲ ਹੈ। ਮੈਂ ਅੱਜ ਲਾਈਵ ਦੀ ਇੱਕ ਚੀਜ਼ ਕਹਿ ਰਿਹਾ ਵਾਂ ਕਿ ਅਗਰ ਉਮਰ ਅਕਮਲ ਨੂੰ ਅਗਰ ਇੱਕ ਮਹੀਨੇ ਵਾਸਤੇ ਮੈਨੂੰ ਦਿੱਤਾ ਜਾਏ ਤਾਂ ਮੇਰਾ ਖਿਆਲ ਹੈ ਕਿ ਮੈਂ ਉਹਨੂੰ ਦੁਨੀਆ ਦੇ 10 ਟੌਪ ਪਲੇਅਰਾਂ ਦੇ ਵਿੱਚ ਲੈ ਕੇ ਆਵਾਂ, ਕਿਉਂਕਿ ਉਹਨੂੰ ਸਿਰਫ ਮੈਨੇਜ ਕਰਨ ਦੀ ਜ਼ਰੂਰਤ ਹੈ, ਸਿਰਫ ਉਹਨੂੰ ਐਡਵਾਈਸ ਕਰਨ ਦੀ ਜ਼ਰੂਰਤ ਹੈ। ਬੇਸਿਕਲੀ ਜਿਹੜੀ ਪ੍ਰੋਬਲਮ ਆ ਰਹੀ ਹੈ ਸਾਡੀ ਕ੍ਰਿਕਟ ਦੇ ਵਿੱਚ, ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਪ੍ਰੋਬਲਮ ਹੈ ਕਿ ਸਾਡੇ ਕੋਲ ਆਈਡੀਅਲਸ ਨਹੀਂ ਹੈ ਕਿ ਜਿਹਨੂੰ ਅਸੀਂ ਫੋਲੋ ਕਰਕੇ ਜਾਂ ਜਿਹਨੂੰ ਬੀਟ ਕਰਨ ਦੀ ਖਾਤਰ ਅਸੀਂ ਅੱਛੀ ਪਰਫੋਰਮੈਂਸ ਕਰ ਸਕੀਏ। ਤੁਸੀਂ ਮੈਂ ਇੱਥੇ ਅਨਫੋਰਚੁਨੇਟਲੀ ਮੈਨੂੰ ਇੰਡੀਅਨਸ ਦੀ ਕੁਛ ਮਿਸਾਲ ਦੇਣੀ ਪਏਗੀ ਕਿ ਅਗਰ ਸਚਿਨ 100 ਕਰਦਾ ਤਾਂ ਸਿਵਾਗ ਨੂੰ ਵੀ ਕਰਨਾ ਪੈਂਦਾ, ਅਗਰ ਸਿਵਾਗ ਕਰਦਾ ਤਾਂ ਗੌਤਮ ਨੂੰ ਵੀ ਕਰਨਾ ਪੈਂਦਾ। ਹੁਣ ਤੁਸੀਂ ਆਸਟ੍ਰੇਲੀਆ ਦਾ ਮਿਸਾਲ ਲੈ ਲਓ, ਇੱਕ ਫੋਰੈਸਟ ਲੜਕਾ ਹੈ, ਪਹਿਲੇ ਮੈਚ ਉਹਨੇ ਸਿਕਸ ਕੀਆ, ਦੂਸਰੇ ਮੈਚ ਉਹਨੇ ਸੈਂਚਰੀ ਕਰਤੀ, ਕਿਉਂਕਿ ਜਿਸ ਜਗ੍ਹਾ ਦੇ ਉੱਤੇ ਜਾਂ ਜਿਸ ਪਲੇਅਰ ਦੀ ਜਗ੍ਹਾ 'ਤੇ ਉਹ ਆ ਕੇ ਰਿਪਲੇਸ ਕਰ ਰਿਹਾ ਉਹਨੇ ਉਸ ਤੋਂ ਪਹਿਲੇ 100 ਕੀਤਾ ਸੀ ਮਾਈਕਲ ਕਲਾਰਕ ਨੇ। ਬਿਲਕੁਲ ਠੀਕ ਹੈ, ਜਿੱਥੋਂ ਇੰਨਾ ਟਫ ਕੰਪੀਟੀਸ਼ਨ ਹੋਵੇ ਤੁਹਾਨੂੰ ਜਗ੍ਹਾ ਬਣਾਉਣ ਵਾਸਤੇ ਸਟਰਗਲ ਕਰਨੀ ਪੜੀ ਹੋਵੇ, ਉਸ ਤੋਂ ਬਾਅਦ ਤੁਸੀਂ ਇਹ ਦੇਖੋ ਤੁਹਾਡਾ ਕੰਪੀਟੀਸ਼ਨ ਕਿਹਦੇ ਨਾਲ, ਫਿਰ ਤੁਸੀਂ ਆਪਣਾ ਲੈਵਲ ਡੇ ਬਾਈ ਡੇ ਇੰਪਰੂਵ ਕਰਦੇ ਜੇ। ਸਾਡੇ ਕੋਲ ਅਨਫੋਰਚੁਨੇਟਲੀ ਐਸਾ ਮਾਡਲ ਹੀ ਨਹੀਂ ਹੈ। ਇਹ ਅਮਰ ਵੀ ਇਹ ਮੇਰੇ ਇਸ ਗੱਲ ਨਾਲ ਐਗਰੀ ਕਰੇਗਾ ਕਿ ਤੁਸੀਂ 20-25 ਸਕੋਰ ਕਰ ਲਓ ਅਤੇ 2-3 ਮੈਚ ਪੱਕੇ, 40 ਸਕੋਰ ਕਰ ਲਓ 4 ਮੈਚ ਪੱਕੇ। ਔਰ ਹਿਸਟਰੀ ਚੁੱਕ ਲਓ, ਪਾਕਿਸਤਾਨ ਨੂੰ ਬੈਟਿੰਗ ਨੇ ਹਮੇਸ਼ਾ ਮਨਵਾਇਆ, ਅੱਜ ਤੱਕ ਪਾਕਿਸਤਾਨ ਬੈਟਿੰਗ ਦੇ ਸਿਰ 'ਤੇ ਮੈਚ ਨਹੀਂ ਜਿੱਤਿਆ ਸਵਾਏ ਜਿਸ ਮੈਚ ਅਜ਼ਹਰ ਨੇ ਔਰ ਯੂਨਸ ਨੇ 100 ਕੀਤਾ, ਉਸ ਤੋਂ ਥਰੂ ਆਊਟ ਦੇਖ ਲਓ ਸਾਡੀ ਬੋਲਿੰਗ ਨੇ ਹੀ ਸਾਨੂੰ ਕਮਬੈਕ ਵਾਸਤੇ। ਔਰ ਮੈਂ ਸਮਝਦਾ ਕਿ ਹੁਣ ਉਹ ਟਾਈਮ ਆ ਗਿਆ ਹੈ ਕਿ ਅੱਗੇ ਦੇਖੋ ਵਰਲਡ ਕੱਪ ਹੈ, ਕਾਫੀ ਵੱਡੇ ਇਵੈਂਟਸ ਨੇ, ਏਸ਼ੀਆ ਕੱਪ ਹੈ, T20 ਵਰਲਡ ਕੱਪ ਹੈ, ਇੱਕ ਸੀਰੀਅਸਲੀ ਬੋਰਡ ਨੂੰ ਸਟੈਪ ਲੈਣਾ ਪਏਗਾ। ਨੋ ਡਾਊਟ ਜ਼ਕਾਸ਼ਰ ਸਾਹਿਬ ਕੁਛ ਕਾਮਯਾਬੀਆਂ ਲੈ ਕੇ ਆਏ ਨੇ ਜਦੋਂ ਦੇ ਉਹ ਬੋਰਡ 'ਚ ਆਏ ਨੇ,
ਕਾਫੀ ਹੱਦ ਤੱਕ ਸਾਡੀ ਮਾਮਲਾਤ ਨੂੰ ਬਿਹਤਰ ਕਰਨ ਤੇ ਲੱਗੇਗਾ ਨਾ, ਕਿਉਂਕਿ ਬੇਸਿਕਲੀ ਐਡਾ ਵੱਡੇ ਡਿਪਾਰਟਮੈਂਟ ਨੂੰ ਚਲਾ ਰਹੇ ਸਨ, ਕਾਫੀ ਅੱਛੀ ਮੈਨੇਜਮੈਂਟ ਲੈ ਕੇ ਆਏ ਹੋਣਗੇ, ਲੇਕਿਨ ਗੱਲ ਇਹ ਕਿ ਮੈਨੇਜਮੈਂਟ ਚੀਜ਼ਾਂ ਤੇ ਕਰ ਲੈਣਗੇ, ਲੇਕਿਨ ਪਲੇਅਰਾਂ ਨੂੰ ਡਿਸਿਪਲਿਨ ਕਿਸ ਤਰ੍ਹਾਂ ਕਰਨਗੇ, ਪਰਫਾਰਮ ਕਿਸ ਤਰ੍ਹਾਂ ਨੇ, ਇਹਦੇ ਕੋਚਾਂ ਦਾ ਕੰਮ ਹੈ। ਮੁਜਾਹਿਦ ਇਹਦੇ ਵਿੱਚ ਮਹਿਲ ਚੇਅਰਮੈਨ ਕ੍ਰਿਕਟ ਬੋਰਡ ਦਾ ਸ਼ਾਇਦ ਇੰਨਾ ਕਸੂਰ ਨਹੀਂ ਹੈ, ਕਿਉਂਕਿ ਉਹਨਾਂ ਦੇ ਅਸੀਂ ਕਹਿ ਨਹੀਂ ਸਕਦੇ ਪਲੇਅਰਾਂ ਨੂੰ ਦੇਣਾ ਹੈ ਨਾ ਉਹਨਾਂ ਨੇ। ਐਗਜ਼ੈਕਟਲੀ ਪਰਫਾਰਮ ਤੇ ਗਰਾਊਂਡ ਵਿੱਚ ਪਲੇਅਰਸ ਨੇ ਕਰਨਾ, ਐਗਜ਼ੈਕਟਲੀ ਕੋਚਿਸ ਨੇ ਨਹੀਂ। ਐਗਜ਼ੈਕਟਲੀ ਦੇਖੋ ਮੈਨੂੰ ਇਹ ਦੱਸੋ ਕਿ ਹੁਣ ਅਗਰ ਸਹੀ ਅਜਮਲ ਪਰਫਾਰਮ ਕਰ ਰਿਹਾ ਤਾਂ ਆਪਣੀ ਅਬਿਲਿਟੀ ਦੇ ਕਰ ਰਿਹਾ, ਉਹ ਮੋਹਸਨ ਖਾਨ ਦੇ ਜਾਂ ਬੱਟ ਮੋਰ ਦੇ ਕਹਿਣ ਤੇ ਨਹੀਂ ਕਰ ਰਿਹਾ। ਬਿਲਕੁਲ ਹੀ ਨੋ ਕਿ ਮੇਰੀ ਜੌਬ ਕੀ ਹੈ, ਔਰ ਮੈਂ ਜਿੰਨੀ ਦੇਰ ਇਹ ਜੌਬ ਫੁਲਫਿਲ ਨਹੀਂ ਕਰਾਂਗਾ ਜਾਂ ਇਹਨੂੰ ਪੂਰਾ ਨਹੀਂ ਕਰਾਂਗਾ ਮੇਰੀ ਟੀਮ 'ਚ ਜਗ੍ਹਾ ਨਹੀਂ ਬਣੇਗੀ। ਅਗਰ ਅਪ੍ਰੀਤੀ ਇੰਨੀ ਅੱਛੀ ਲੈਗ ਸਪਿਨ ਕਰ ਰਿਹਾ ਅੱਜ ਕੱਲ੍ਹ, ਦੁਨੀਆਂ ਦੇ ਟੌਪ ਲੈਗ ਸਪਿਨਰਾਂ ਦਾ ਇਸ ਟਾਈਮ ਕੰਸੀਡਰ ਹੋਈ ਜਾ ਰਿਹਾ, ਉਹਨੂੰ ਪਤਾ ਹੈ ਕਿ ਅਗਰ ਮੈਂ ਬੋਲਿੰਗ 'ਤੇ ਸੀਰੀਅਸ ਕੋਨਸਨਟ੍ਰੇਟ ਨਹੀਂ ਕੀਤਾ ਮੇਰੀ ਟੀਮ 'ਚ ਜਗ੍ਹਾ ਨਹੀਂ ਬਣਦੀ, ਕਿਉਂਕਿ ਅਸੀਂ ਬਾਰ ਬਾਰ ਉਹਦੀ ਗਲਤ ਸ਼ਾਟਸ ਤੋਂ ਹਮੇਸ਼ਾ ਮੈਚ ਆ ਰਹੇ ਹਾਂ। ਮੇਰਾ ਤੀਸਰਾ ਮੈਚ ਜਿਹੜਾ ਸੀ ਲਾਸਟ ਟਾਈਮ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ, ਬਾਲ ਟੂ ਬਾਲ ਮੈਚ ਆ ਗਿਆ ਸੀ ਔਰ ਪਿਛਲੇ ਪਲੇਅਰਾਂ ਦੇ ਹਵਾਲੇ ਕਰਕੇ ਚਲਾ ਗਿਆ ਕਿ ਲਓ ਜੀ ਮੈਂ ਤਾਂ ਚੱਲਾ, ਜੇ ਗਲਤ ਸ਼ਾਟ ਮਾਰ ਕੇ ਹੁਣ ਤੁਹਾਡਾ ਕੰਮ ਹੈ ਯਾਰ। ਉਹਨਾਂ ਜਿੱਥੇ ਤੈਨੂੰ ਸਮਝ ਨਹੀਂ ਆ ਰਹੀ ਉਹਨਾਂ ਨੂੰ ਕੀ ਸਮਝ ਲੱਗਣੀ ਵਿਚਾਰੇ ਨੂੰ, ਔਰ 300 ਮੈਚ ਖੇਡ ਕੇ ਵੀ ਅਗਰ ਇਹੀ ਪਰਫਾਰਮੈਂਸ ਜਾਏ, ਦੇਖੋ ਯੰਗਸਟਰ ਨੇ ਕੀ ਸਿੱਖਣਾ ਹੈ, ਹੁਣ ਉਮਰ ਅਕਮਲ ਨੂੰ ਤੁਸੀਂ ਸਿਖਾਓਗੇ ਆ ਗਿਆ ਕ੍ਰੂਸ਼ਲ ਟਾਈਮ 'ਤੇ ਤੁਸੀਂ ਬੈਟ ਸ਼ਾਟ ਮਾਰ ਕੇ ਦੂਸਰਿਆਂ ਦੇ ਹਵਾਲੇ ਕਰਕੇ ਆ ਜਾਓ ਮੈਚ, ਜੋ ਵਿਚਾਰੇ ਪੈਡ ਪਾ ਕੇ ਲੱਤਾਂ ਕੰਬ ਰਹੀਆਂ ਹੁੰਦੀਆਂ ਪ੍ਰੈਸ਼ਰ ਹੈਂਡਲ ਨਹੀਂ ਕਰ ਸਕਦੇ, ਤੁਸੀਂ ਉਹਨਾਂ ਤੋਂ ਉਮੀਦ ਰੱਖਦੇ ਯਾਰ ਤੁਸੀਂ ਮੈਚ ਕਦੀ ਵੀ ਨਹੀਂ ਹੋ ਸਕਦਾ। ਇਹ ਤੁਹਾਨੂੰ ਰੋਲ ਮਾਡਲ ਬਣਨਾ ਪੈਂਦਾ ਕਿ ਮੈਂ ਅਗਰ ਮੈਚ ਜਿਤਵਾ ਸਕਣਾ ਵਾਂ ਤਾਂ ਤੁਹਾਨੂੰ ਵੀ ਜਿਤਵਾਉਣਾ ਪਏਗਾ, ਅਗਰ ਮੈਂ ਸੀਨੀਅਰ ਇਹ ਕਰ ਰਿਹਾ ਤਾਂ ਤੁਹਾਨੂੰ ਵੀ ਕਰਨਾ ਪਏਗਾ। ਤੁਸੀਂ ਅਗਰ ਦੂਸਰਾ T20 ਦੇਖੋ ਮੂਸਾ, ਉਮਰ ਗੁੱਲ ਨੇ ਦੋ ਬਾਲ ਦੇ ਵਿੱਚ ਪੂਰਾ ਮੈਚ ਚੇਂਜ ਕਰ ਦਿੱਤਾ, ਬਾਲ ਟੂ ਬਾਲ ਪਾਕਿਸਤਾਨ ਸਟੇਟਵੇ ਮੈਚ ਇੰਗਲੈਂਡ ਆਲਮੋਸਟ ਜਿੱਤ ਚੁੱਕਿਆ ਸੀ। ਔਰ ਤੁਸੀਂ ਕੱਲ T20 ਦੇਖ ਲਓ, 129 ਪਾਕਿਸਤਾਨ ਚੇਸ ਕਰ ਰਿਹਾ ਸੀ, ਕੱਲ ਪਾਕਿਸਤਾਨ ਸਟੇਟਵੇ ਮੈਚ ਜਿੱਤਿਆ ਸੀ, ਲੇਕਿਨ ਵਨ ਗੁੱਡ ਓਵਰ ਉਹਨੇ ਸਾਰਾ ਮੈਚ ਚੇਂਜ ਕਰ ਛੱਡਿਆ। ਇਹ ਜਿਹੜੇ ਪ੍ਰੈਸ਼ਰ ਹੈਂਡਲ ਕਰਨੇ, ਪ੍ਰੈਸ਼ਰ ਨਾਲ ਨਿਬੜੀ ਦਾ ਕਿਸ ਤਰ੍ਹਾਂ ਹੈ, ਇਹਦੇ ਨਾਲ ਲੜਾਈ ਕਿਸ ਤਰ੍ਹਾਂ ਕਰੀ ਦੀ ਹੈ, ਮੈਨੇਜਮੈਂਟ ਨੂੰ ਦੱਸਣਾ ਪਏਗਾ, ਇਹਨਾਂ ਨੂੰ ਮੈਨੇਜ ਕਰਨਾ ਪਏਗਾ, ਇਹਨਾਂ ਨੂੰ ਡਿਸਿਪਲਿਨ ਕਰਨਾ ਪਏਗਾ, ਫਿਰ ਜਾ ਕੇ ਤੁਹਾਡੇ ਕੋਲ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਟੌਪ ਲੈਵਲ ਦੀ ਨਿਕਲੇਗੀ, ਅਦਰਵਾਈਜ਼ ਪਾਕਿਸਤਾਨ ਦਾ ਫਿਊਚਰ ਮੈਨੂੰ ਬਹੁਤ ਡਾਰਕ ਨਜ਼ਰ ਆ ਰਿਹਾ। ਇੱਕ ਬ੍ਰੇਕ ਲਵਾਂਗੇ ਇੱਥੇ ਨਾਜ਼ਰੀਨ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਆਪਣੀ ਗੱਲਬਾਤ ਨੂੰ ਇੱਥੋਂ ਜਾਰੀ ਰੱਖਣੀ ਹੈ, ਸਟੇ ਵਿਦ ਅਸ। ਵੈਲਕਮ ਬੈਕ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੋਰਟਸ ਵੀਕ। ਗੱਲ ਅਸੀਂ ਕਰ ਰਹੇ ਹਾਂ ਪਾਕਿਸਤਾਨ ਔਰ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਖੇਡੀ ਜਾਣ ਵਾਲੀ T20 ਸੀਰੀਜ਼, ਜਿਹਦੇ ਵਿੱਚ ਪਾਕਿਸਤਾਨ ਟੀਮ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਅਮਰ ਬਈ, ਬੈਕਅਪ ਦੀ ਗੱਲ ਕਰ ਰਹੇ ਸਨ ਜਦ ਵੀ ਕਿ ਪਾਕਿਸਤਾਨ ਜਿਹੜਾ ਸਿਲੈਕਸ਼ਨ ਕਮੇਟੀ ਦੀ ਅਗਰ ਅਸੀਂ ਗੱਲ ਕਰੀਏ ਸਾਰਾ ਜਿਹੜਾ, ਕਿਉਂਕਿ ਉਹਨਾਂ ਨੇ ਹੀ ਦੇਖਣਾ ਹੁੰਦਾ ਡੋਮੈਸਟਿਕ ਕ੍ਰਿਕਟ ਵਿੱਚ, ਔਰ ਜਿਹੜੀ ਸਾਡੇ ਕਾਇਦੇ ਆਜ਼ਮ ਟਰੋਫੀ ਸਾਡਾ ਜਿਹੜਾ ਸਭ ਤੋਂ ਮੇਨ ਇਵੈਂਟ ਹੈ, ਜਿਹਦੇ ਵਿੱਚੋਂ ਪਲੇਅਰਸ ਨੂੰ ਜਿਹੜਾ ਉਹ ਚੂਜ਼ ਕੀਤਾ ਜਾਂਦਾ, ਫਿਰ ਵਨਡੇ ਜਿਹੜਾ ਟੂਰਨਾਮੈਂਟ, ਨੈਸ਼ਨਲ ਵਨਡੇ ਟੂਰਨਾਮੈਂਟ, ਪੈਂਟੈਂਗੂਲਰ ਕੱਪ, ਇਹ ਟੂਰਨਾਮੈਂਟਸ ਨੇ ਜਿਨ੍ਹਾਂ 'ਚੋਂ ਪਲੇਅਰਸ ਨੂੰ ਜਿਹੜਾ ਦੇਖਿਆ ਜਾਂਦਾ ਔਰ ਉਹਨਾਂ ਨੂੰ ਫਿਰ ਉੱਤੇ ਜਿਹੜਾ ਸਿਲੈਕਟ ਕੀਤਾ ਜਾਂਦਾ। ਕਿਸ ਤਰ੍ਹਾਂ ਦੇਖ ਰਹੇ ਹੋ ਕਿ ਇਸ ਚੀਜ਼ ਦੀ ਵੀ ਕਿਸੇ ਹੱਦ ਤੱਕ ਕਮੀ ਹੈ ਵੇ, ਕਿ ਅਸੀਂ ਸਾਡੇ ਕੋਲ ਬੈਕਅਪ ਉਸ ਹੱਦ ਤੱਕ ਮੌਜੂਦ ਨਹੀਂ ਹੈ ਜਿਸ ਤਰ੍ਹਾਂ ਦੂਸਰੇ ਅੱਛੀਆਂ ਟੀਮਾਂ, ਜਿਹਨਾਂ ਕੋਲ ਅੱਛੀਆਂ ਟੀਮਾਂ ਅਗਰ ਅਸੀਂ ਦੇਖੀਏ, ਆਸਟ੍ਰੇਲੀਆ ਕੋਲ ਦੇਖ ਲਓ, ਇੰਡੀਆ ਦੇਖ ਲਓ, ਸ਼੍ਰੀਲੰਕਾ ਦੇਖ ਲਓ, ਸਾਊਥ ਅਫਰੀਕਾ ਦੇਖ ਲਓ, ਇਹਨਾਂ ਟੀਮਾਂ ਨੂੰ ਅਗਰ ਅਸੀਂ ਦੇਖੀਏ ਉਹਨਾਂ ਕੋਲ ਜਿਹੜਾ ਬੈਕਅਪ, ਜਿਹੜਾ ਵੀ ਨਵਾਂ ਪਲੇਅਰ ਆਉਂਦਾ ਉਹ ਪਹਿਲਿਆਂ ਨਾਲੋਂ ਅੱਛਾ ਹੁੰਦਾ। ਦੇਖੋ ਸਜੀ, ਇਹ ਹੈਗਾ ਕਿ ਪਾਕਿਸਤਾਨ 103 ਸਿਲੈਕਟਰ ਬਣਾਏ ਜਾਂਦੇ ਨੇ, ਚੀਫ ਸਿਲੈਕਟਰ ਸਿਲੈਕਟਰ ਐਨ ਕਰਕੇ ਥੋੜੇ ਨੇ, ਮੈਂ ਕਹਿੰਦਾ ਜੋ 3 ਹੀ ਆ ਰਹੇ ਨੇ ਅੱਗੇ, ਜਿਹੜੇ ਤੁਸੀਂ ਬਾਕੀ ਜੇ ਟੈਸਟ ਕ੍ਰਿਕਟਰ ਹੈ ਨੇ, ਕੋਈ ਬੋਲਿੰਗ ਟੈਸਟ ਕ੍ਰਿਕਟਰ ਹੈ, ਕੋਈ ਬੈਟਸਮੈਨ ਆਪਣੇ ਦੌੜ ਹੀ ਰਿਹਾ, ਇਹਨਾਂ ਨੂੰ ਤੁਸੀਂ ਮੁਖਤਲਿਫ ਗਰਾਊਂਡਾਂ ਦੇ ਦੋਵਾਂ ਨੂੰ ਭੇਜਿਆ ਜਾਏ, ਉਹਨਾਂ ਦੀ ਡਿਊਟੀ ਲਗਾ ਦਿੱਤੀ ਜਾਏ ਪੈਟਰਨ ਟਰੋਫੀ ਦੇ ਮੈਚ, ਕਿਉਂਕਿ ਸਿਲੈਕਟਰ ਇੱਕ ਗਰਾਊਂਡ 'ਚ ਕੋਈ ਮੈਚ ਦੇਖ ਸਕਦਾ ਨਾ, ਉਹ ਹੁਣ ਘਾਲ ਹੀ ਵਿਕਟ ਕਸਾ ਵਿੱਚ ਚੜਨ, ਦੋ ਦਿਨ ਹੀ ਮੈਚ ਮੁੱਕ ਜਾਂਦਾ, ਹੈਦਰਾਬਾਦ ਚਲੇ ਜਾਂਦੇ ਉੱਥੇ ਜਨਾਬ ਦੇ 5 ਦਿਨ ਹੀ ਮੈਚ ਨਹੀਂ ਮੁੱਕਦਾ, ਤੁਸੀਂ ਬੈਟਿੰਗ ਦਾ ਕਿਸ ਤਰ੍ਹਾਂ ਦੇ ਸਕਦੇ ਹੋ, ਤੁਸੀਂ ਬੋਲਿੰਗ ਦਾ ਕਿਸ ਤਰ੍ਹਾਂ ਦੇ ਸਕਦੇ ਹੋ, ਤੁਹਾਨੂੰ ਇਸ ਨਾਲ ਦੇਖੋ ਕ੍ਰਿਕਟ ਦੀ ਫਰੋਗ ਦੀ ਮੈਂ ਗੱਲ ਕਰ ਰਿਹਾ, ਇੱਕ ਬੈਟਸਮੈਨ ਇੱਕ ਬੋਲਰ ਟੈਸਟ ਕ੍ਰਿਕਟਰ ਦੀ ਤੁਸੀਂ ਡਿਊਟੀ ਲਗਾ ਦਿੱਤੀ ਜਾਏ ਕਿ ਲੈ ਵੀ ਇਹ ਇੱਕ ਡਿਪਾਰਟਮੈਂਟ ਹੈ, ਇਹਦੇ ਤੁਸੀਂ ਸਾਰੇ ਮੈਚ ਨਾ ਇਹਦੇ ਅਨੈਲਿਸਿਸ ਕਰਨੇ ਨੇ, ਇਹ 4 ਲੜਕੇ ਟੌਪ ਬੈਟਸਮੈਨ ਨੇ, ਇਹ 4 ਬੋਲਰ ਨੇ, ਤੁਸੀਂ ਸਾਨੂੰ ਐਂਡ ਆਫ ਦਾ ਸੀਜ਼ਨ ਇਹਨਾਂ ਦੀ ਰਿਪੋਰਟ ਦੇਣੀ, ਆਇਆ ਇਹਨਾਂ ਨੇ ਬੋਲਿੰਗ ਕਿਵੇਂ ਕੀਤੀ ਹੈ, ਆਇਆ ਇਹਨਾਂ ਵਿੱਚ ਨਿਖਾਰ ਆ ਸਕਦਾ ਕਿ ਨਹੀਂ ਆ ਸਕਦਾ, ਇਹਦੇ ਨਾਲ ਥੋੜ੍ਹੀ ਬਿਹਤਰੀ ਆ ਸਕਦੀ ਹੈ।
ਉਹੀ ਗੱਲ ਆ ਜਾਂਦੀ ਕਿ ਬੋਰਡ ਦੇ ਉੱਤੇ ਸਾਰਾ ਫੈਸਲਾ ਆ ਕੇ ਡਿੱਗਦਾ। ਬੋਰਡ ਨੂੰ ਹੁਣ ਕ੍ਰਿਕਟ ਦੀ ਬਿਹਤਰੀ ਵਾਸਤੇ ਜ਼ਕਾਸ਼ਾ ਸਾਹਿਬ ਨੂੰ ਸਟੈਪ ਚੁੱਕਣੇ ਪੈਣਗੇ, ਕਿਉਂਕਿ ਪਹਿਲੇ ਹੀ ਬੜੇ ਚੇਅਰਮੈਨ ਆਏ, ਉਹ ਦਾਅਵੇ ਕਰਕੇ ਚਲੇ ਗਏ ਥੋੜ੍ਹੀ ਕ੍ਰਿਕਟ ਇੰਪਰੂਵ ਕਰਦੇ ਨੇ ਉਹਨਾਂ ਦੀ। ਦੇਖੋ ਟੀਮ ਦੇ ਪੀਸੀਬੀ ਸਾਰੀ ਉੱਥੇ ਦੀ ਉੱਥੇ ਬੈਠੀ, ਇੱਕ ਚੇਅਰਮੈਨ ਹੀ ਚੇਂਜ ਹੁੰਦਾ, ਬਾਕੀ ਪਾਕਿਸਤਾਨੀ ਪਲੇਅਰ ਦਾ ਕੋਈ ਚੇਂਜ ਨਹੀਂ ਹੁੰਦਾ। ਬਿਲਕੁਲ, ਥੋੜ੍ਹਾ ਬਹੁਤਾ ਬੋਰਡ ਨੂੰ ਸਟਰੋਂਗ ਹੋਣਾ ਪਏਗਾ, ਡਿਸਿਪਲਿਨ ਲਿਆਉਣਾ ਪਏਗਾ, ਕੋਈ ਕਾਨੂੰਨ ਬਣਾਉਣੇ ਪੈਣਗੇ ਪਲੇਅਰਸ ਵਾਸਤੇ। ਬਿਲਕੁਲ, ਜਿੰਨਾ ਦੇਖੋ ਪਲੇਅਰਾਂ ਨਾਲ ਹੀ ਪਾਕਿਸਤਾਨ ਨੇ ਚੱਲਣਾ, ਜ਼ਕਾਸ਼ ਸਾਹਿਬ ਸੁਭਾਨ ਸਾਹਿਬ ਇਹਨਾਂ ਲੋਕਾਂ ਨਾਲ ਨਹੀਂ ਚੱਲਣਾ। ਇਹ ਤਾਂ ਦੇਖੋ ਤੁਹਾਨੂੰ ਇੱਕ ਅੱਛੀ ਸਹੂਲੀਅਤ ਮੁਹੱਈਆ ਕਰੀ ਜਾ ਰਹੇ ਨੇ, ਤੁਹਾਨੂੰ ਪੈਸਾ ਵੀ ਦੇਈ ਜਾ ਰਹੇ ਨੇ, ਤੁਹਾਨੂੰ ਅੱਛੀ ਕ੍ਰਿਕਟ ਵੀ ਮੁਹੱਈਆ ਕਰੀ ਜਾ ਰਹੇ, ਤੁਹਾਨੂੰ ਅੱਛੇ ਕੋਚ ਵੀ ਲਿਆ ਕੇ ਦੇਈ ਜਾ ਰਹੇ ਨੇ। ਜੇ ਤੁਸੀਂ ਇਹਨਾਂ ਨੂੰ ਯੂਟੀਲਾਈਜ਼ ਨਹੀਂ ਕਰ ਸਕਦੇ ਤੇ ਬਾਈ ਥੈਂਕ ਯੂ, ਤੁਸੀਂ ਕਹਿ ਦੋ ਨਹੀਂ ਜੀ ਵੋਟਮਰ ਆ ਰਿਹਾ, ਅਸੀਂ ਹੁਣ ਦੌੜ ਨਹੀਂ ਸਕਦੇ, ਅਸੀਂ ਜੋ ਟ੍ਰੇਨਿੰਗ ਕਰੇਗਾ ਅਸੀਂ ਉਹ ਨਹੀਂ ਕਰ ਸਕਦੇ, ਫਿਰ ਉਹਨਾਂ ਕ੍ਰਿਕਟਰ ਨੂੰ ਬਾਹਰ ਕਰ ਦੇਣਾ ਚਾਹੀਦਾ। ਟੀ ਟਵੰਟੀ ਦੀ ਹੁਣ ਟੀਮ ਨੂੰ ਮੈਂ ਥੋੜ੍ਹੀ ਗੱਲ ਚੇਂਜ ਕਰਾਂ, ਟੀ ਟਵੰਟੀ ਵਾਸਤੇ ਜਿਸ ਤਰ੍ਹਾਂ ਹੁਣ ਸ਼ਾਜ਼ੇਬ ਲੜਕਾ ਬੰਗਲਾਦੇਸ਼ ਬਹੁਤ ਅੱਛਾ ਪਰਫਾਰਮ ਕਰ ਰਿਹਾ, ਇਮਰਾਨ ਨਜ਼ੀਰ ਬਹੁਤ ਅੱਛਾ ਪਰਫਾਰਮ ਕਰ ਰਿਹਾ, ਅਹਿਮਦ ਸ਼ਹਿਦਾਬ ਬਹੁਤ ਅੱਛਾ ਪਰਫਾਰਮ ਕਰ ਰਿਹਾ, ਮੈਂ ਕਹਿੰਦਾ ਹੁਣ ਸਿਲੈਕਟਰ ਜਿਹੜਾ ਵੀ ਨਵਾਂ ਕੋ ਬਣੇ, ਨਾਸਰ ਜਮਸ਼ੇਦ, ਨਾਸਰ ਜਮਸ਼ੇਦ ਜਿਹੜਾ ਵੀ ਅੱਛਾ ਸਿਲੈਕਟਰ ਬਣੇ, ਉਹਨਾਂ ਨੂੰ ਪਲੀਜ਼ ਉਹਨੂੰ ਵਾਚ ਕਰੋ, ਉਹਨਾਂ ਨੂੰ ਮੌਕਾ ਦਿਓ, ਟੈਲੈਂਟਡ ਕ੍ਰਿਕਟਰ ਉਹਨਾਂ ਸਿਰਫ ਟੀ ਟਵੰਟੀ ਵਾਸਤੇ ਯੂਜ਼ ਕਰੋ, ਨਾਟ ਵਨ ਡੇ ਨਾਟ ਟੈਸਟ ਕ੍ਰਿਕਟ, ਸਿਰਫ ਉਹਨਾਂ ਵੰਡ ਕਰੋ, ਕ੍ਰਿਕਟ ਦੀ ਬਿਹਤਰੀ ਵਾਸਤੇ ਸੋਚਿਆ ਜਾਏ, ਪਾਕਿਸਤਾਨ ਵਾਸਤੇ ਸੋਚਿਆ ਜਾਏ। ਜੇ ਅਸੀਂ ਮੁਜਾਹਿਦ ਨੇ ਸਹੀ ਕਿਹਾ ਕਿ ਡਾਗ ਨਜ਼ਰ ਆ ਰਿਹਾ, ਪਹਿਲੇ ਹੁੰਦਾ ਸੀ ਯਕੀਨ ਕਰੋ ਮੈਂ ਖੇਡਦਾ ਤਾ ਨਾ, ਪੰਜ ਪੰਜ ਫਾਸਟ ਬੋਲਰ ਲਾਈਨ ਵਿੱਚ ਖਲੋਤੇ ਹੁੰਦੇ ਸੀ, ਹੁਣ ਮੈਂ ਤੇ ਜਾਣਦਾ ਹੀ ਨਹੀਂ ਕਿ ਕਿਹੜਾ ਕਿਹੜਾ ਬੋਲਰ ਹੈ, ਕਿਹੜਾ ਬੈਟਸਮੈਨ ਹੈ, ਪਿੱਛੇ ਕੁਛ ਨਜ਼ਰ ਨਹੀਂ ਆ ਰਿਹਾ। ਪਹਿਲੇ ਅਖਬਾਰਾਂ ਹੀ ਬੜੇ ਆਮਿਰ ਨਜ਼ੀਰ, ਤੌਰ ਮਾਨ, ਆਕੇ ਜੋਏ, ਮੁਹੰਮਦ ਅਕਰ, ਮੁਹੰਮਦ ਜ਼ਾਹਿਦ, ਮੁਹੰਮਦ ਯੇ, ਮੁਹੰਮਦ ਉਹ, ਸਾਰੇ ਇੰਨੇ ਪਿੱਛੇ ਲਾਈਨਾਂ ਲੱਗੀਆਂ ਹੁੰਦੀਆਂ, ਬੈਟਸਮੈਨਾਂ ਦੀਆਂ ਇਸ ਤਰ੍ਹਾਂ ਲਾਈਨਾਂ ਲੱਗੀਆਂ ਹੁੰਦੀਆਂ, ਚੂਜ਼ ਕਰਨਾ ਜਿਹੜਾ ਮੁਸ਼ਕਲ ਹੁੰਦਾ ਸੀ। ਉਦੋਂ ਮਿਹਨਤ ਕਰਦੇ ਸਨ ਅਸੀਂ ਘੱਟ, ਮੈਂ ਆਪਣੇ ABL ਕ੍ਰਿਕਟ ਟੀਮ ਦਾ ਮੈਂ ਹੈਗਾ ਸਰ, ਉਹਦੇ 'ਚ ਆਕੇ ਜੋਏਦ, ਅਤੌਰ ਮਾਨ, ਮੁਹੰਮਦ ਅਕਰਮ, ਆਮਿਰ ਨਜ਼ੀਰ, ਸ਼ਾਹਿਦ ਮਹਿਬੂਬ, ਇਹ ਪੰਜ ਟੈਸਟ ਫਾਸਟ ਸਨ ਜਿਹਨਾਂ ਰਮੀਜ਼ ਭਾਈ ਕਹਿੰਦੇ ਆਮਿਰ ਅਗਰ ਤੂੰ ਖੇਡਣਾ ਹੈ ਨਾ ਤਾਂ ਇਹਨਾਂ ਨੂੰ ਮਾਰ, ਇਹਨਾਂ ਤੋਂ ਜ਼ਿਆਦਾ ਮਿਹਨਤ ਕਰ, ਇਹਨਾਂ ਤੋਂ ਜ਼ਿਆਦਾ ਆਊਟ ਕਰ, ਉਹ ਮੈਂ ਕੀਤੀ ਔਰ ਅੱਲਾਹ ਪਾ ਨੇ ਮੈਨੂੰ ਇੱਜ਼ਤ ਵੀ ਦਿੱਤੀ ਔਰ ਮੈਂ ਉਹ ਇੱਕ ਵਕਤ ਆ ਗਈ ਇਹ ਬਾਹਰ ਬੈਠਾ ਤਾਂ ਮੈਂ ਖੇਡਦਾ ਸਾਂ। ਇਹ ਹੈਗਾ ਕਿ ਇੱਕ ਸਾਡੇ ਅੰਦਰ ਚ ਨਾ ਨਵੇਂ ਯੰਗਸਟਰ ਨੂੰ ਬਹੁਤ ਮਿਹਨਤ ਕਰਨੀ ਪਏਗੀ। ਜੇ ਦੇਖੋ ਕ੍ਰਿਕਟਰ ਕ੍ਰਿਕਟ ਤੋਂ ਹੀ ਗਾ, ਜੇ ਕ੍ਰਿਕਟ ਤੋਂ ਆਓ ਟੀਵੀ, ਤੁਸੀਂ ਮੀਡੀਆ ਅੱਜ ਕੱਲ੍ਹ ਆ ਗਿਆ, ਮੀਡੀਆ ਥੋੜ੍ਹਾ ਜਿਹਾ ਇੱਕ ਮਹੀਨੇ ਵਾਸਤੇ ਉਮਰ ਅਕਬਲ ਦਾ ਨਾਂ ਹਟਾ ਦੇਵੇ, ਉਮਰ ਅਕਬਲ ਤੇ ਪਾਗਲ ਹੋ ਜਾਏਗਾ, ਯਾਰ ਮੇਰੀ ਤਾਂ ਤਸਵੀਰ ਵੀ ਨਹੀਂ ਆ ਰਹੀ ਟੀਵੀ ਤੇ, ਮੇਰਾ ਨਾਂ ਹੀ ਨਹੀਂ ਕੋਈ ਲੈ ਰਿਹਾ, ਮੈਂ ਤਾਂ ਟੀਮ ਵਿੱਚ ਵੀ ਕੋਈ ਨਹੀਂ ਲੈ ਰਿਹਾ, ਉਹ ਕੀ ਕਰੇਗਾ ਵਿਚਾਰਾ। ਬਿਲਕੁਲ ਇਸ ਤਰ੍ਹਾਂ ਦੇਖੋ ਬਾਈ, ਤੁਹਾਨੂੰ ਕ੍ਰਿਕਟ ਨੂੰ ਪਾਕਿਸਤਾਨ ਵਾਸਤੇ ਖੇਡਣਾ ਤੇ ਕ੍ਰਿਕਟ ਦੀ ਜਾਨ ਮੰਗਾਓ, ਤੁਹਾਡੇ ਕੋਲ ਇੱਕੋ ਹੀ ਕੰਮ ਹੈ, ਸਿਰਫ ਕ੍ਰਿਕਟ ਖੇਡਣਾ, ਬਸ ਤੁਹਾਡਾ ਇਹ ਕੰਮ ਨਹੀਂ ਗਾ ਕਿ ਯਾਰ ਤੁਸੀਂ ਇਹ ਕਰੋ ਤੇ ਉਹ ਕਰੋ, ਨਹੀਂ ਬਾਈ, ਸਿਰਫ ਕ੍ਰਿਕਟ ਵੱਲ ਧਿਆਨ ਦਿਓ, ਕ੍ਰਿਕਟ ਖੇਡਣਾ ਔਰ ਪਰਫਾਰਮ ਕਰਨਾ। ਇੱਕ ਚੀਜ਼ ਅਗਰ ਅਸੀਂ ਦੇਖੀਏ, ਜਿਸ ਤਰ੍ਹਾਂ ਇਹਨਾਂ ਜ਼ਿਕਰ ਵੀ ਕੀਤਾ ਕਿ ਕ੍ਰਿਕਟ ਬੋਰਡ ਜਿਹੜਾ ਉਹਦੀ ਡਿਊਟੀਜ਼ ਜਿਹੜੀਆਂ ਨੇ ਉਹ ਇਹ ਹੀ ਨੇ ਕਿ ਬੈਸਟ ਤੋਂ ਬੈਸਟ ਜਿਹੜਾ ਉਹ ਆਪਣੀ ਟੀਮ ਨੂੰ ਸਹੂਲੀਅਤ ਦੇਣਾ, ਕੋਚਿੰਗ ਫੈਸਿਲਿਟੀਜ਼ ਅਗਰ ਅਸੀਂ ਦੇਖੀਏ ਤਾਂ ਦੁਨੀਆਂ ਦਾ ਬਿਹਤਰੀਨ ਕੋਚ ਹੈ ਜਿਹੜਾ ਹੁਣ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਹਾਇਰ ਕਰ ਲਿਆ, ਡੇਵ ਵੈਟਮੋਰ, ਔਰ ਨੈਕਸਟ ਜਿਹੜੀ ਅਸਾਈਨਮੈਂਟ ਜਿਹੜੀ ਏਸ਼ੀਆ ਕੱਪ ਹੋਏਗਾ ਉਹਦੇ 'ਚ ਉਹ ਹੀ ਪਾਕਿਸਤਾਨ ਟੀਮ ਦੇ ਕੋਚ ਹੋਣਗੇ। ਸਮਝਦੇ ਹੁਣ ਇਹ ਪਲੇਅਰਸ ਨੂੰ ਵੀ ਆਪਣਾ ਰੋਲ ਜਿਹੜਾ ਉਹ ਅਦਾ ਕਰਨਾ ਹੋਏਗਾ ਇਸ ਹਵਾਲੇ ਨਾਲ, ਪ੍ਰੋਫੈਸ਼ਨਲੀ ਜਿਹੜਾ ਉਹ, ਜਿਸ ਤਰ੍ਹਾਂ ਪਾਕਿਸਤਾਨ ਨੇ ਟੈਸਟ ਕ੍ਰਿਕਟ 'ਚ ਅੱਛਾ ਪਰਫਾਰਮ ਕੀਤਾ, ਲੇਕਿਨ ਵਨ ਡੇ ਔਰ ਟੀ ਟਵੈਂਟੀ ਦੋਨੋਂ 'ਚ ਹੀ ਜਿਹੜਾ ਉਹ ਅਸੀਂ ਦੇਖੀਏ ਤਾਂ ਡੈਫੀਨੇਟਲੀ ਮੂਸਾ, ਇਹ ਬਹੁਤ ਹੀ ਇੱਕ ਗੁੱਡਵਿਲ ਉਹਨਾਂ ਪਲੇਅਰਾਂ ਵਾਸਤੇ ਜਿਹੜੇ ਪਲੇਅਰਸ ਆਉਣ ਖੇਡ ਰਹੇ ਨੇ ਪਾਕਿਸਤਾਨ ਟੀਮ ਦੇ ਵਿੱਚ, ਜਾਂ ਆਉਣ ਵਾਲੇ ਨੇ ਜਿਹੜੇ ਡੋਮੈਸਟਿਕ 'ਚ ਪਰਫਾਰਮ ਕਰ ਰਹੇ, ਉਹਨਾਂ ਵਾਸਤੇ ਤਾਂ ਇਸ ਤੋਂ ਵੱਡਾ ਕੋਈ ਤੋਹਫਾ ਨਹੀਂ ਹੋ ਸਕਦਾ ਕਿ ਇੱਕ ਹਾਈਲੀ ਨੌਲੇਜੇਬਲ ਆਦਮੀ ਇਸ ਮੁਲਕ ਦਾ ਕੋਚ ਲਾਇਆ। ਇਹ ਕ੍ਰੈਡਿਟ PCB ਨੂੰ ਜਾਂਦਾ ਹੈ ਕਿ ਮੀਨਸ ਕਿ ਕਿਹਦੇ ਵਾਸਤੇ, ਪਲੇਅਰਸ ਵਾਸਤੇ, ਕਿ ਉਹ ਮੈਂ ਸਮਝਦਾ ਕਿ ਜਿੰਨੇ ਵੀ ਪਲੇਅਰਸ ਨੇ ਜਿਹੜੇ ਕਰੰਟ ਪਾਕਿਸਤਾਨ ਟੀਮ 'ਚ ਖੇਡ ਰਹੇ ਨੇ, ਜਾਂ ਮੀਨਸ ਕਿ ਆਉਣ ਵਾਲੇ ਡੋਮੈਸਟਿਕ ਪਲੇਅਰ ਨੇ ਜਿਨ੍ਹਾਂ ਨੇ ਅੱਛਾ ਪਰਫਾਰਮ ਕੀਤਾ, ਜਿਸ ਤਰ੍ਹਾਂ PCB ਨੇ ਉਹਨਾਂ ਨੂੰ ਫੈਸਿਲਿਟੀਜ਼ ਦਿੱਤੀਆਂ ਨੇ, ਮੀਨਸ ਕਿ ਹਾਈਲੀ ਨੌਲੇਜੇਬਲ ਕੋਚਿਸ ਦਿੱਤੇ ਨੇ, ਉਹਨਾਂ ਨੂੰ ਸਿੱਖਣਾ ਚਾਹੀਦਾ ਹੈ ਔਰ ਉਹ ਨੌਲੇਜ ਗੇਨ ਕਰਨ ਤੋਂ ਬਾਅਦ ਆਪਣੀ ਬੈਟਰਮੈਂਟ ਵਾਸਤੇ ਉੱਥੇ ਜ਼ਿਆਦਾ ਵਰਕ ਹੀ ਕਰਨ। ਔਰ ਅਮਨ ਨੇ ਬੜੀ ਅੱਛੀ ਗੱਲ ਕੀਤੀ ਕਿ ਇਹਨਾਂ ਕੋਲ ਤਾਂ ਸਵਾਏ ਕ੍ਰਿਕਟ ਖੇਡਣ ਤੇ ਹੋਰ ਕੋਈ ਕੰਮ ਹੀ ਨਹੀਂ। ਦੇਖੋ ਮੈਂ ਪਿੱਛੇ ਪੜ੍ਹ ਰਿਹਾ ਸਾਂ ਕਿ 90 ਤੋਂ 100 ਡੇਜ਼ ਇਹਨਾਂ ਦਾ ਅਬਰੋਡ ਟਾਈਮ ਗੁਜ਼ਰਿਆ ਹੈ, ਆਊਟ ਆਫ ਦਾ ਕੰਟਰੀ। ਜਦੋਂ ਤੁਸੀਂ ਇੰਨੇ ਕਮਿਟਡ ਜੇ ਆਪਣੇ ਪ੍ਰੋਫੈਸ਼ਨ ਦੇ ਨਾਲ, ਤਾਂ ਫਿਰ ਉਹਦੇ ਵਾਸਤੇ ਵਰਕਿੰਗ ਤਿਆਰੀ ਵੀ ਕਰਨੀ ਬਹੁਤ ਜ਼ਰੂਰੀ ਹੈ। ਔਰ ਰਹੀ ਗੱਲ, ਅਗੇਨ ਮੈਂ ਇਸ ਚੀਜ਼ ਨੂੰ ਜ਼ਰੂਰ ਰਿਪੀਟ ਕਰਾਂਗਾ ਕਿ ਪਾਕਿਸਤਾਨ ਦਾ ਜੋ ਬੈਕਅਪ ਹੈ ਉਹਦੇ ਵਾਸਤੇ ਮੈਂ ਬਹੁਤ ਫਿਕਰਮੰਦ ਹਾਂ। ਮੈਂ ਨਹੀਂ, ਸਭ ਨੂੰ ਫਿਕਰਮੰਦ ਹੋਣਾ ਚਾਹੀਦਾ। ਜਿਸ ਤਰ੍ਹਾਂ ਮੈਂ ਅਵੈਸ ਜ਼ਿਆ ਦਾ ਨਾਮ ਸੁਣਿਆ ਸੀ, ਜਾਂ ਜਿਸ ਤਰ੍ਹਾਂ ਦਾ ਮੀਨਸ ਕਿ ਉਹਦਾ ਹੋਵਾ ਸੁਣਿਆ ਸੀ, ਅਨਫੋਰਚੁਨੇਟਲੀ ਮੈਂ ਕਾਫੀ ਉਹਦੇ 'ਚ ਪ੍ਰੋਬਲਮਸ ਦੇਖੇ ਨੇ। ਉਸ ਤਰ੍ਹਾਂ ਦਾ
ਉਹ ਪਲੇਅਰ ਨਹੀਂ ਹੈ ਕਿ ਜਿਹਨੂੰ ਤੁਸੀਂ ਥੋੜ੍ਹੀ ਜਿਹੀ ਕੋਚਿੰਗ ਟਿਪਸ ਦੇ ਕੇ ਜਾਂ ਥੋੜ੍ਹਾ ਜਿਹਾ ਉਹਨੂੰ ਮੈਨੇਜ ਕਰਕੇ ਬਹੁਤ ਜ਼ਿਆਦਾ ਤੁਸੀਂ ਪਰਫੋਰਮ ਲੈ ਸਕਦੇ ਜੇ ਨਹੀਂ ਇਸ ਤਰ੍ਹਾਂ ਦਾ ਅਗਰ ਮੇਰਾ ਪਹਿਲੇ ਵੀ ਤੁਹਾਡੇ ਪ੍ਰੋਗਰਾਮਾਂ 'ਚ ਹਮੇਸ਼ਾ ਅਸਦ ਸ਼ਫੀਕ ਦੇ ਉੱਤੇ ਬਹਿਸ ਰਹੀ ਹੈ ਔਰ ਮੈਂ ਅੱਜ ਉਹ ਲੋਕ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਜਿਹੜੇ ਮੀਨਸ ਕਿ ਪੀ ਸੀ ਬੀ ਦੇ ਨਾਲ ਜਾਂ ਮੈਨੇਜਮੈਂਟ ਨਾਲ ਕਾਫੀ ਐਫੀਲੀਏਟ ਨੇ ਮੈਂ ਉਹਨੂੰ ਅੱਗੇ ਜ਼ਰੂਰ ਰਿਕੁਐਸਟ ਕਰਾਂਗਾ ਕਿ ਅਸਦ ਸ਼ਫੀਕ 'ਚ ਬਹੁਤ ਪੋਟੈਂਸ਼ਲ ਹੈ ਉਹਦੇ 'ਤੇ ਸੀਰੀਅਸ ਕੰਸੀਡਰ ਕੀਤਾ ਜਾਏ ਉਹਨੂੰ ਉਹਦਾ ਪ੍ਰੋਪਰ ਚਾਂਸ ਦਿੱਤਾ ਜਾਏ ਉਮਰ ਅਕਮਲ ਨੂੰ ਗਲਤ ਇਸਤੇਮਾਲ ਕੀਤਾ ਜਾ ਰਿਹਾ ਉਹਨੂੰ ਸਹੀ ਨੰਬਰਾਂ 'ਤੇ ਇਸਤੇਮਾਲ ਕੀਤਾ ਜਾਣਾ ਚਾਹੀਦਾ ਔਰ ਉਸ ਮੁੰਡੇ ਦੇ ਵਿੱਚ ਬਹੁਤ ਬਹੁਤ ਪੋਟੈਂਸ਼ਲ ਹੈ ਔਰ ਆਉਣ ਵਾਲੇ ਵਕਤਾਂ ਦਾ ਬਹੁਤ ਵੱਡਾ ਸਟਾਰ ਬਣ ਸਕਦਾ ਹੈ ਅਗਰ ਉਹਨੂੰ ਹੈਂਡਲ ਸਹੀ ਕੀਤਾ ਗਿਆ ਤਾਂ ਰਹੀ ਗੱਲ ਜਿਸ ਤਰ੍ਹਾਂ ਮੀਨਸ ਕਿ ਆਸਟ੍ਰੇਲੀਆ ਹੈ ਇੰਡੀਆ ਹੈ ਸ਼੍ਰੀਲੰਕਾ ਈਵਨ ਕਿ ਤੁਹਾਡੇ ਕੋਲ ਬੈਕਅਪ ਆਉਂਦਾ ਰਹਿੰਦਾ ਔਰ ਆ ਕੇ ਪਰਫੋਰਮ ਵੀ ਕਰਦੇ ਨੇ ਕਿਉਂਕਿ ਉਹਨਾਂ ਦਾ ਕੰਪੀਟੀਸ਼ਨ ਬੜੇ ਟੋਪ ਕਲਾਸ ਦੇ ਪਲੇਅਰ ਦੇ ਨਾਲ ਹੁੰਦਾ ਸਾਡੇ ਕੋਲ ਇਸ ਟਾਈਮ ਕੋਈ ਐਸਾ ਟੋਪ ਕਲਾਸ ਪਲੇਅਰ ਨਹੀਂ ਹੈ ਜਿਹਦੇ ਨਾਲ ਅਸੀਂ ਕੰਪੀਟੀਸ਼ਨ ਕਰਕੇ ਉਹਨਾਂ ਨੂੰ ਬੀਟ ਕਰ ਸਕੀਏ ਉਹੀ ਤੀਹ ਚਾਲੀ ਰਨਸ ਤੁਸੀਂ ਕਰਦੇ ਰਹੋ ਜੋ ਕਿ ਮੇਰਾ ਖਿਆਲ ਹੈ ਕਿ ਆਪਣਾ ਇਸ ਦੁਨੀਆ ਦੇ ਵਿੱਚ ਕ੍ਰਿਕਟਿੰਗ ਹਲਕੇ ਦੇ ਵਿੱਚ ਨਾਮ ਬਣਾਉਣ ਵਾਸਤੇ ਕੋਈ ਅੱਛਾ ਪਰਫੋਰਮੈਂਸ ਨਹੀਂ ਹੈ ਏਸ਼ੀਆ ਕੱਪ ਆ ਰਿਹਾ ਨੈਕਸਟ ਅਸਾਈਨਮੈਂਟ ਪਾਕਿਸਤਾਨ ਦੀ ਹੋਏਗੀ ਕਿਸ ਤਰ੍ਹਾਂ ਦੇਖ ਰਹੇ ਹੋ ਟੀਮ ਨੂੰ ਉੱਥੇ ਸ਼੍ਰੀਲੰਕਾ ਵੀ ਹੋਏਗੀ ਔਰ ਇੰਡੀਆ ਵੀ ਬੰਗਲਾਦੇਸ਼ ਤਿੰਨੋਂ ਟੀਮਾਂ ਜਿਹੜੀਆਂ ਨੇ ਔਰ ਬੰਗਲਾਦੇਸ਼ ਖੇਲਿਆ ਜਾ ਰਿਹਾ ਕੰਡੀਸ਼ਨਸ ਬੰਗਲਾਦੇਸ਼ ਦੀਆਂ ਤੁਸੀਂ ਬੀ ਪੀ ਐਲ ਜਿਹੜੀ ਖੇਲੀ ਜਾ ਰਹੀ ਹੈ ਪ੍ਰੀਮੀਅਰ ਲੀਗ ਉਹ ਦੇਖੀਆਂ ਵੀ ਹੋਣੀਆਂ ਨੇ ਵਿਕਟਸ ਜਿਹੜੀਆਂ ਨੇ ਮੀਰਪੁਰ ਖੇਲਿਆ ਜਾਣਾ ਟੂਰਨਾਮੈਂਟ ਕਿਸ ਤਰ੍ਹਾਂ ਦੇਖ ਰਹੇ ਹੋ ਔਰ ਖਾਸ ਤੌਰ 'ਤੇ ਇਸ ਚੀਜ਼ ਨੂੰ ਅਗਰ ਦੇਖੀਏ ਕਿ ਇੰਡੀਆ ਔਰ ਸ਼੍ਰੀਲੰਕਾ ਦੋਨੋਂ ਹੀ ਜਿਹੜਾ ਆਸਟ੍ਰੇਲੀਆ 'ਚ ਖੇਲ ਕੇ ਆ ਰਹੀਆਂ ਨੇ ਟੂਰਨਾਮੈਂਟ ਜਿਹੜਾ ਉੱਥੇ ਚੱਲ ਰਿਹਾ ਸੀਰੀਜ਼ ਮੇਰਾ ਖਿਆਲ ਹੈ ਕਿ ਦੋਨੋਂ ਟੀਮਾਂ ਬਹੁਤ ਅੱਛਾ ਕਹਿ ਰਹੀਆਂ ਦੋਨਾਂ ਟੀਮਾਂ ਨੇ ਆਸਟ੍ਰੇਲੀਆ ਨੂੰ ਉੱਥੇ ਬੀਟ ਵੀ ਕੀਤਾ ਫਿਰ ਇੰਡੀਆ ਨੇ ਸ਼੍ਰੀਲੰਕਾ ਨੂੰ ਬੀਟ ਕੀਤਾ ਸ਼੍ਰੀਲੰਕਾ ਨੇ ਇੰਡੀਆ ਨੂੰ ਬੀਟ ਕੀਤਾ ਮੂਸਾ ਮੋਸਟਲੀ ਜਿਹੜੀ ਸਾਡੇ ਸਬ ਕੰਟੀਨੈਂਟ ਕੰਟਰੀਜ਼ ਨੇ ਉਹਦੀਆਂ ਮੋਸਟਲੀ ਬੈਟਿੰਗ ਟਰੈਕਸ ਹੁੰਦੇ ਨੇ ਔਰ ਨੋ ਡਾਊਟ ਅਗੇਨ ਐਂਡ ਅਗੇਨ ਸਾਡੀ ਗੱਲ ਉੱਥੇ ਅੱਗੇ ਖਤਮ ਹੁੰਦੀ ਹੈ ਕਿ ਸਾਡਾ ਬੋਲਿੰਗ ਅਟੈਕ ਵਨ ਆਫ ਦਾ ਬੈਸਟ ਅਟੈਕ ਇਨ ਕ੍ਰਿਕਟ ਸਰਕਲ ਔਰ ਅਗੇਨ ਪ੍ਰੋਬਲਮ ਅਗਰ ਕਰ ਸਕਦਾ ਹੈ ਤਾਂ ਅਗੇਨ ਬੈਟਿੰਗ ਤੋਂ ਪ੍ਰੋਬਲਮ ਆ ਸਕਦਾ ਹੈ ਇਹ ਪਾਕਿਸਤਾਨ ਕੋਲ ਕੁਛ ਦਿਨ ਹੋਣਗੇ ਇਹਦੀ ਬਿਹਤਰ ਤਿਆਰੀ ਕਰਕੇ ਜਾਣ ਔਰ ਪਾਕਿਸਤਾਨ ਦਾ ਬਹੁਤ ਬ੍ਰਾਈਟ ਚਾਂਸ ਹੈ ਕਿ ਪਾਕਿਸਤਾਨ ਏਸ਼ੀਆ ਕੱਪ ਚੈਂਪੀਅਨ ਹੋ ਸਕਦਾ ਹੈ ਔਰ ਬਹੁਤ ਬ੍ਰਾਈਟ ਚਾਂਸ ਏਸ਼ੀਆ ਕੱਪ ਸਰ ਦੇਖੋ ਪਾਕਿਸਤਾਨ ਟੀਮ ਵਿੱਚ ਸਿਰਫ ਕਲੈਪ ਆ ਰਿਹਾ ਬੈਟਿੰਗ ਦਾ ਥੋੜ੍ਹੀ ਮੇਰੇ ਟਾਈਮ ਹੈ ਅੱਜ ਵਾਪਸ ਆ ਗਏ ਹੋਣਗੇ ਮੇਰੇ ਨਾਲ ਕੱਲ੍ਹ ਆ ਜਾਣਗੇ ਦੋ ਤਿੰਨ ਕਾਲਜ ਡੈਸ ਕਰਕੇ ਫਿਰ ਦੁਬਾਰਾ ਕੋਈ ਨੈਸ਼ਨਲ ਸਟੇਡੀਅਮ ਕਰਾਚੀ ਕਜ਼ਾਬੀ ਸਟੇਡੀਅਮ ਉੱਥੇ ਆਉਣਾ ਆਪਣੀ ਪ੍ਰੈਕਟਿਸ ਜਾਰੀ ਕਰਨ ਕੋਈ ਐਡਾ ਵੱਡਾ ਇਹਨਾਂ ਨੇ ਕੋਈ ਭਾਰ ਨਹੀਂ ਢਾਣਾ ਬੈਟਿੰਗ ਥੋੜ੍ਹੀ ਕਮਜ਼ੋਰੀ ਹੈ ਨਾ ਉਹਨਾਂ ਦੂਰ ਕਰ ਲਿੱਤਾ ਜਾਏ ਕੋਚ ਜਿਹੜਾ ਵੀ ਆ ਰਿਹਾ ਉਹਨੇ ਬੈਠ ਕੇ ਦੱਸਿਆ ਜੇ ਕਿ ਵੀ ਤੂੰ ਪੂਰੀ ਤਰੀਕ ਦੇਖੋ ਮੂਸਾ ਦਾ ਪਾਕਿਸਤਾਨ ਟੀਮ ਨੂੰ ਬਹੁਤ ਵੱਡਾ ਜਗ੍ਹਾ ਸੀ ਬੈਟਿੰਗ ਲਿਆਉਣਾ ਕਿਉਂਕਿ ਉਸ ਤੋਂ ਪਹਿਲੇ ਸ਼੍ਰੀਲੰਕਾ ਨਾਲ ਸੀਰੀਜ਼ ਖੇਡੀ ਸੀ ਉੱਥੇ ਸਾਡੇ ਬੈਟਸਮੈਨਾਂ ਨੂੰ ਉੱਥੇ ਉਸ ਵਿਕਟਾਂ ਦੇ ਉੱਤੇ ਯਕੀਨ ਕਰ ਮੈਂ ਕਹਿੰਦਾ ਕਿ ਸਈਦ ਅਨਵਰ ਆਮਿਰ ਸਵੇਰ ਰਮੀਜ਼ ਰਾਜਾ ਸਲੀਮ ਅਲਗ ਇਹ ਇੰਜ਼ਮਾਮ ਵਗੈਰਾ ਹੁਣ ਹੁੰਦੇ ਇਹਨਾਂ ਵਿਕਟਾਂ ਦੇ ਉੱਤੇ ਮੈਂ ਨਹੀਂ ਸਮਝਦਾ ਕਿ ਉਹ ਆਊਟ ਹੁੰਦੇ ਯਾਰ ਇਹ ਵਿਕਟ ਦਾ ਨਾ ਘਾ ਹੈ ਨਾ ਕੋਈ ਐਡਾ ਕੋਈ ਥੋਮਸਨ ਲੀਲੀ ਕਹਿੰਦਾ ਕਰ ਰਿਹਾ ਯਾਰ ਬੈਟਿੰਗ ਟਰੈਕ ਸੀ ਯਾਰ ਯਕੀਨ ਹੁਣ ਇਹੋ ਜਿਹੇ ਉਹ ਇਹੋ ਜਿਹੇ ਪਲੇਅਰ ਦਾ ਨਾਮ ਦੱਸਿਆ ਇਹ ਲੱਭਦੇ ਸੰਗ ਯਾਲਾ ਇਹੋ ਜਿਹਾ ਟਰੈਕ ਸਾਨੂੰ ਮਿਲੇ ਔਰ ਉਹਨਾਂ ਦੇ 100, 150, 200 ਕਰਦੇ ਸਨ ਹੁਣ ਸੁਣ ਲਓ ਓਪਨਰ ਗਏ ਨਹੀਂ ਹਾਲੀ ਕੱਪ ਦਾ ਚਾਹ ਚੁੱਕਿਆ ਨਹੀਂ ਜਨਾਬ ਕਿੰਨੇ ਆਊਟ ਹੋਏ ਜਨਾਬ 2 ਆਊਟ ਹੋਵੇ ਕੀ ਵਜ੍ਹਾ ਸ਼ੌਕ ਨਹੀਂ ਹੈ ਵਿਕਟ ਤੇ ਖੜਾ ਹੋਣਾ ਨਹੀਂ ਆ ਰਿਹਾ ਕਿਸੇ ਨੂੰ ਜਦੋਂ ਤੱਕ ਵਿਕਟ ਤੇ ਖਲੋਵੋਗੇ ਨਹੀਂ ਮੈਂ ਤੇ ਮੇਰੇ ਵੱਡੇ ਜਿੰਨੇ ਵੀ ਸਨ ਅਸੀਂ ਕਹਿੰਦੇ ਸਨ ਕਿ ਯਾਰ ਜਿਹਨਾਂ ਦਾ ਤੁਸੀਂ ਸੀ ਆਫ ਨਹੀਂ ਕਰੋਗੇ ਨੇ ਬੋਲ ਨੂੰ ਓਪਨਰ ਤੁਸੀਂ ਸਕੋਰ ਨਹੀਂ ਕਰ ਸਕਦੇ ਤੁਸੀਂ ਨਹੀਂ ਖੜਾ ਹੋ ਸਕਦੇ ਏਸ਼ੀਆ ਕੱਪ ਵਾਸਤੇ ਮਿਹਨਤ ਕਰਨ ਟੀਮ ਹੀ ਪੋਟੈਂਸ਼ੀਅਲ ਹੈ ਟੀਮ ਜਿੱਤ ਸਕਦੀ ਹੈ ਨੋ ਡਾਊਟ ਕਿ ਆਸਟ੍ਰੇਲੀਆ ਤੋਂ ਇੰਡੀਆ ਤੋਂ ਸ਼੍ਰੀਲੰਕਾ ਖੇਲ ਕੇ ਆ ਰਹੀ ਹੈ ਕੋਈ ਫਰਕ ਨਹੀਂ ਪੈਂਦਾ ਉੱਥੋਂ ਦੀਆਂ ਵਿਕਟਾਂ ਉੱਥੋਂ ਦਾ ਵੈਦਰ ਉੱਥੇ ਹੀ ਖਤਮ ਬੰਗਲਾਦੇਸ਼ ਪਾਕਿਸਤਾਨ ਦਾ ਸੂਟੇਬਲ ਸਮਝ ਲਓ ਕਿ ਕੰਟਰੀ ਮੈਂ ਕਿਹਾ ਸਾਨੂੰ ਪਾਕਿਸਤਾਨ ਉਹਦੇ ਜਿੱਤ ਸਕਦਾ ਥੋੜ੍ਹੀ ਜਿਹੀ ਮਿਹਨਤ ਬਿਲਕੁਲ ਅਗਰ ਪਾਕਿਸਤਾਨ ਟੀਮ ਜਿਹੜਾ ਉਹ ਮਿਹਨਤ ਕਰੇ ਤੇ ਦੇਖੋ ਮੇਰੀ ਬੈਟਸਮੈਨਾਂ ਨੂੰ ਮੈਂ ਵਿੱਚ ਮਿਸ ਭਾਵੇ ਮੈਂ ਉਹਨਾਂ ਦੇ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਦੇਖੋ ਮੈਂ ਵੀ ਇਹਦੇ ਪਾਕਿਸਤਾਨੀ ਮੈਂ ਵੀ ਇਹ ਕ੍ਰਿਕਟ ਤੋਂ ਖੇਲ ਕੇ ਆਇਆ ਵਾਂ ਯਾਰ ਥੋੜ੍ਹੀ ਮਿਹਨਤ ਕਰ ਲਓ ਦੇਖੋ ਤੁਸੀਂ ਅਸੀਂ ਤੁਹਾਨੂੰ ਦੁਆਵਾਂ ਹੀ ਕਰਨੇ ਆ ਅਸੀਂ ਕਹਿੰਦੇ ਸਾਡੇ ਮੁਲਕ ਦਾ ਸਾਸਾ ਹੋ ਤੁਸੀਂ ਖੇਲੋਗੇ ਇੱਥੇ ਕ੍ਰਿਕਟ ਵਾਪਸ ਆਏਗੀ ਤੁਸੀਂ ਏਸ਼ੀਆ ਕੱਪ ਜਿੱਤ ਕੇ ਆਓ ਤੁਸੀਂ ਇਹ ਜਿੱਤ ਕੇ ਆਓ ਪਾਕਿਸਤਾਨ ਦਾ ਨਾਮ ਹੋਏਗਾ ਮੈਂ ਕੱਲ੍ਹ ਇੰਟਰਵਿਊ ਸੁਣ ਰਿਹਾ ਸਾਂ ਹੁਣ ਹਰੂਨ ਲੋਗਾਰ ਦਾ ਉਹ ਵਿਲ ਕਰ ਰਿਹਾ ਕਿ ਸਾਡੀ ਖੁਆਇਸ਼ ਹੈਗੀ ਕਿ ਬੈਕ ਟੂ ਕ੍ਰਿਕਟ ਪਾਕਿਸਤਾਨ ਜਾਂ ਕਿ ਕ੍ਰਿਕਟ ਪਾਕਿਸਤਾਨ ਜਾਵੇ ਕੋਸ਼ਿਸ਼ ਨਾ ਲੱਗਣ ਕਿਹਦੀ ਵਜ੍ਹਾ ਤੋਂ ਤੁਸੀਂ ਜਿੱਤ ਰਹੇ ਹੋ ਤੁਹਾਡੀ ਮਿਹਰਬਾਨੀ ਹੈ ਥੋੜ੍ਹੀ ਜਿਹੀ ਮਿਹਨਤ ਕਰ ਲਓ
ਬਿਹਤਰ ਪਰਫਾਰਮ ਕਰ ਲਏ ਤੇ ਜਿਹੜਾ ਕਾਮਯਾਬੀ ਜ਼ਰੂਰ ਹਾਸਲ ਕੀਤੀ ਜਾਂਦੀ। ਥੈਂਕ ਯੂ ਵੈਰੀ ਮੱਚ, ਬਹੁਤ ਸ਼ੁਕਰੀਆ ਅਮਰ ਬਾਈ, ਮੁਜਾਹਿਦ ਬਾਈ, ਥੈਂਕ ਯੂ ਵੈਰੀ ਮੱਚ। ਨਾਜ਼ਰੀਨ, ਗੱਲਬਾਤ ਸੁਣੀ ਤੁਸੀਂ ਐਕਸਪਰਟਸ ਦੀ, ਇਸ ਸੀਰੀਜ਼ ਦੇ ਵੱਲ ਨਾਲ ਜਿਹੜਾ ਤੁਕਵਾਦ ਜਿਹੜੀਆਂ ਕੀਤੀਆਂ ਜਾ ਰਹੀਆਂ ਸਨ ਪਾਕਿਸਤਾਨ ਟੀਮ ਤੋਂ, ਗੋ ਕਿ ਇੰਗਲਿਸ਼ ਟੀਮ ਜਿਹੜਾ ਉਹ ਵਰਲਡ ਚੈਂਪੀਅਨ ਸੀ ਟੀ ਟਵੰਟੀ ਦੀ, ਲੇਕਿਨ ਪਾਕਿਸਤਾਨ ਟੀਮ ਜਿਹੜਾ ਉਹ ਇਸ ਫਾਰਮੇਟ ਦੀ ਦੁਨੀਆ ਦੀ ਬਿਹਤਰੀਨ ਟੀਮ ਆ ਜਿਹੜਾ ਉਹ ਸ਼ੁਮਾਰ ਕੀਤਾ ਜਾਂਦਾ, ਔਰ ਪਾਕਿਸਤਾਨ ਟੀਮ ਕਿਸੇ ਵੀ ਟੀਮ ਨੂੰ ਸ਼ਿਕਸਤ ਦੇ ਸਕਦੀ ਹੈ। ਬੈਡ ਲੱਕ ਕਿ ਪਾਕਿਸਤਾਨ ਟੀਮ ਇਸ ਸੀਰੀਜ਼ ਵਿੱਚ ਕਾਮਯਾਬੀ ਹਾਸਲ ਨਾ ਕਰ ਸਕੀ, ਲੇਕਿਨ ਆਇੰਦਾ ਜਿਹੜਾ ਇਹਨਾਂ ਕਮਜ਼ੋਰੀਆਂ ਉੱਤੇ ਜਿਹੜੀਆਂ ਇਸ ਸੀਰੀਜ਼ ਦੇ ਜਿਹੜੀਆਂ ਵਨਡੇ ਔਰ ਟੀ ਟਵੰਟੀ ਸੀਰੀਜ਼ ਵਿੱਚ ਸਾਹਮਣੇ ਆਈਆਂ ਉਹਨਾਂ ਉੱਤੇ ਕਾਬੂ ਪਾ ਕੇ, ਹੁਣ ਏਸ਼ੀਆ ਕੱਪ ਜਿਹੜਾ ਪਾਕਿਸਤਾਨ ਨੇ ਖੇਡਣਾ ਉੱਥੇ ਰਵਾਇਤੀ ਹਰੀਫ ਭਾਰਤ ਵੀ ਉੱਥੇ ਹੋਏਗਾ, ਸ੍ਰੀਲੰਕਾ ਵੀ ਹੋਏਗਾ, ਔਰ ਬੰਗਲਾਦੇਸ਼ ਦੀ ਟੀਮ ਵੀ ਉੱਥੇ ਜਿਹੜਾ ਉਹ ਚਾਰੋਂ ਟੀਮਾਂ ਜਿਹੜੀਆਂ ਅੱਛੀਆਂ ਟੀਮਾਂ ਨੇ, ਔਰ ਏਸ਼ੀਆ ਕੱਪ ਬੜਾ ਇੱਕ ਅੱਛਾ ਟਾਈਟਲ ਜਿਹੜਾ ਹੈ ਦੁਨੀਆ ਕ੍ਰਿਕਟ ਵਿੱਚ, ਔਰ ਅੱਛੀ ਕ੍ਰਿਕਟ ਦੇਖਣ ਨੂੰ ਮਿਲੇਗੀ। ਹੁਣ ਪਾਕਿਸਤਾਨ ਟੀਮ ਨੂੰ ਜਿਹੜਾ ਉਹ ਸੋਚਣਾ ਸਿਰਫ ਇਹ ਹੋਏਗਾ ਪਲੇਅਰਾਂ ਨੂੰ ਕਿ ਇਸ ਟੂਰਨਾਮੈਂਟ ਹੈ ਜਿਹੜਾ ਉਹ ਬਿਹਤਰ ਤੋਂ ਬਿਹਤਰ ਪਰਫਾਰਮ ਜਿਹੜਾ ਕਰਕੇ ਅਸੀਂ ਇਹ ਜਿਹੜੀ ਆਵਾਮ ਨੂੰ ਜਿਹੜਾ ਦੁਬਾਰਾ ਜਿਹੜਾ ਉਹ ਖੁਸ਼ੀਆਂ ਜਿਹੜੀਆਂ ਉਹ ਦਿੱਤੀਆਂ ਜਾਣ। ਨਾਜ਼ਰੀਨ, ਇੱਥੇ ਅੱਜ ਦੇ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ, ਆਪਣੇ ਮੇਜ਼ਬਾਨ ਮੂਸਾ ਵੜਾਇਸ਼ ਨੂੰ ਇਜਾਜ਼ਤ ਦਿਓ, ਅੱਲਾ ਹਾਫਿਜ਼।